ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਜਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਕੋਵਿਡ-19 ਕਰੋਨਾ ਵਾਇਰਸ ਦੇ ਕਰਕੇ ਹਰ ਕੋਈ ਪਰੇਸ਼ਾਨ ਹੈ, ਖਾਸ ਕਰਕੇ ਉਹ ਲੋਕ ਜਿਹੜੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਫਸ ਗਏ ਨੇ। ਕੋਈ ਟਰੈਵਲ ਕਰਨ ਗਿਆ ਸੀ, ਕੋਈ ਆਪਣੀ ਫੈਮਿਲੀ ਨੂੰ ਮਿਲਣ ਗਿਆ ਸੀ, ਕੋਈ ਆਪਣਾ ਵਕੇਸ਼ਨ ਦੇ ਲਈ ਗਿਆ ਹੋਇਆ ਸੀ, ਕੋਈ ਪੰਜਾਬ, ਕੋਈ ਇੰਡੀਆ, ਕੋਈ ਕਿਸੇ ਹੋਰ ਦੇਸ਼ ਨੂੰ ਵਿਜ਼ਿਟ ਕਰਨ ਗਿਆ ਸੀ, ਤੇ ਸਭ ਤੋਂ ਜ਼ਿਆਦਾ ਮੁਸ਼ਕਿਲ ਆ ਰਹੀ ਹੈ ਉਹਨਾਂ ਨੂੰ ਆਪਣੀ ਕੰਟਰੀ ਦੇ ਵਿੱਚ ਵਾਪਸ ਆਉਣ ਦੇ ਲਈ। ਕੈਨੇਡਾ ਸਰਕਾਰ ਨੇ ਜੋ ਯਤਨ ਕੀਤੇ ਨੇ ਕਿ ਸਪੈਸ਼ਲ ਪਲੇਨ ਜਿਹੜਾ ਇੰਡੀਆ ਵਿੱਚ ਫਸੇ ਹੋਏ ਨੇ ਉਹਨਾਂ ਦੇ ਲਈ ਤਿਆਰ ਕੀਤੇ ਨੇ ਕਿ ਏਅਰ ਕੈਨੇਡਾ ਦੀਆਂ ਫਲਾਈਟਸ ਜਾ ਰਹੀਆਂ ਨੇ ਤੇ ਉਹਨਾਂ ਨੂੰ ਵਾਪਸ ਲੈ ਕੇ ਆ ਰਹੀਆਂ ਨੇ, ਪਰ ਉਹਨਾਂ ਨੂੰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜੋ ਟਿਕਟਿੰਗ ਸਭ ਤੋਂ ਪਹਿਲਾਂ ਤਾਂ ਇਸ਼ੂ ਹੈ ਕਿ ਟਿਕਟ ਬਹੁਤ ਜ਼ਿਆਦਾ ਮਹਿੰਗੀ ਕੀਤੀ ਹੋਈ ਹੈ। ਪੁਰਾਣੀਆਂ ਟਿਕਟ ਕੈਂਸਲ ਕਰਕੇ ਉਹਨਾਂ ਨੂੰ ਨਵੀਂ ਜੋ ਟਿਕਟ ਹੈ ਉਹ ਦੁਬਾਰਾ ਬਾਏ ਕਰਨੀ ਪੈ ਰਹੀ ਹੈ, ਤੇ ਉਸ ਤੋਂ ਬਾਅਦ ਜੋ ਕੈਨੇਡਾ ਸਰਕਾਰ ਲੋਨ ਵੀ ਪ੍ਰੋਵਾਈਡ ਕਰ ਰਹੀ ਹੈ, ਪਰ ਫਿਰ ਵੀ ਉਹ ਇੰਨੀ ਜ਼ਿਆਦਾ ਟਿਕਟ ਹੈ ਕਿ ਉਹਨਾਂ ਨੂੰ 2-4 ਮਹੀਨੇ ਬਾਅਦ ਜਦੋਂ ਵੀ ਪੇ ਕਰਨੀ ਹੋਏਗੀ ਤਾਂ ਉਹਨਾਂ ਦੇ ਉਹ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਆ ਜਾਣਗੇ, ਉਹਨਾਂ ਦੇ ਫਾਈਨੈਂਸ਼ੀਅਲ ਜਿਹੜਾ ਬਰਡਨ ਹੈ ਉਹ ਵੀ ਵੱਧ ਜਾਏਗਾ। ਪਰ ਹੁਣ ਉਹਨਾਂ ਨੂੰ ਕੀ ਰਾਹ ਦੇ ਵਿੱਚ ਮੁਸ਼ਕਿਲਾਂ ਆ ਰਹੀਆਂ ਨੇ ਉਹ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਕਿਉਂਕਿ 8 ਅਪ੍ਰੈਲ ਨੂੰ ਇੱਕ ਸਾਡੇ ਹੀ ਸ਼ਹਿਰ ਦੇ ਵਾਸੀ ਨੇ, ਉਹਨਾਂ ਨੂੰ ਬਹੁਤ ਸਾਰੇ ਲੋਕ ਜਾਣਦੇ ਵੀ ਹੋਣਗੇ, ਕੁਲਵਿੰਦਰ ਕੈਰੋਲ ਘੁੰਮਣ ਜੋ ਨੇ ਉਹ ਵਾਪਸ ਆਏ ਨੇ 8 ਅਪ੍ਰੈਲ ਨੂੰ। ਲੋਕਡਾਊਨ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਹੋਇਆ ਆ, ਤੇ ਉੱਥੋਂ ਸਾਰੀਆਂ ਸਿਚੁਏਸ਼ਨ ਦੇ ਵਿੱਚੋਂ ਨਿਕਲ ਕੇ ਹੁਣ ਉਹ ਸੇਫ ਸਾਊਂਡ ਪਹੁੰਚ ਚੁੱਕੇ ਨੇ ਵੈਨਕੂਵਰ, ਪਰ ਉਹਨਾਂ ਨੂੰ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਬਿਕੋਜ਼ ਸ਼ੀ ਇਜ਼ ਵਰਕਿੰਗ ਇਨ ਹੈਲਥ ਕੇਅਰ ਐਂਡ ਸ਼ੀ ਇਜ਼ ਅ ਨਰਸ ਪ੍ਰੈਕਟੀਸ਼ਨਰ। ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਕਿ ਕਿੱਦਾਂ ਦਾ ਉਹਨਾਂ ਦਾ ਸਫ਼ਰ ਸੀ ਤੇ ਇੱਥੇ ਉਹ ਸਹੀ ਸਲਾਮਤ ਪਹੁੰਚ ਗਏ ਨੇ, ਤੇ ਇੱਥੇ ਆ ਕੇ ਉਹਨਾਂ ਨੂੰ ਕੀ ਕੁਝ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਗਈਆਂ ਨੇ, ਕੀ ਫਾਰਮ ਉਹਨਾਂ ਨੂੰ ਭਰਨਾ ਪਿਆ। ਲੈਟਸ ਵੈਲਕਮ ਕੈਰੋਲ ਘੁੰਮਣ। ਸੋ ਕੈਰੋਲ, ਵੈਲਕਮ। ਥੈਂਕ ਯੂ। ਸੋ ਤੁਸੀਂ ਵਾਪਸ ਆ ਗਏ ਹੈਗੇ ਬੈਕ, ਫਸਟ ਆਫ ਆਲ ਵੈਲਕਮ ਬੈਕ। ਥੈਂਕ ਯੂ, ਇਟ ਫੀਲਸ ਸੋ ਗੁੱਡ, ਬਹੁਤ ਮਨ ਨੂੰ ਸ਼ਾਂਤੀ ਆਈ ਹੈ ਜਦੋਂ ਇੱਥੇ ਲੈਂਡ ਹੋ ਗਏ ਆ। After all, home is home. Jithon marzi tusi jaayo, east or west, home is the best, right? Canada de vich tusi India de vich kadon gaye si te utthe jadon lockdown hoya te udon tusi kithe gaye? Assi India de vich gaye si, actually itho Canada to start kita February 18th. Then pehlo saadi flight sigi China airline thani Taipei thani, par jadon ik COVID-19 da pata laga ਕਿ ਬਹੁਤ ਵੱਧ ਰਿਹਾ ਤੇ ਅਸੀਂ $600 ਪੈਨਲਟੀ ਪੇ ਕੀਤੀ ਤੇ ਆਪਣੀਆਂ ਫਲਾਈਟਸ ਚੇਂਜ ਕਰ ਲਈਆਂ। ਫਿਰ ਅਸੀਂ ਐਮਰੇਟ ਏਅਰਲਾਈਨ ਥਾਣੀ ਗਏ ਦੁਬਈ 3 ਦਿਨ ਰਹੇ, ਫਿਰ ਅਸੀਂ ਇੰਡੀਆ ਗਏ। ਸੋ ਪੰਜਾਬ ਦੇ ਵਿੱਚ ਅਸੀਂ 26 ਫੈਬਰੀ ਨੂੰ ਪਹੁੰਚ ਗਏ ਸੀ। ਸਾਰਾ ਕੁਛ ਠੀਕ ਚੱਲ ਰਿਹਾ ਸੀਗਾ, ਕੋਈ ਪ੍ਰੋਬਲਮਸ ਨਹੀਂ ਆ ਰਹੀਆਂ ਸੀਗੀਆਂ। ਮੇਰਾ ਬੇਟਾ ਵਾਪਸ ਆ ਗਿਆ March 10 ਨੂੰ, ਤੇ ਬਾਅਦ ਵਿੱਚ ਲੇਟਰ ਪ੍ਰੋਬਲਮਸ ਮੈਂ ਵੀ ਸੋਚਿਆ ਕਿ ਪ੍ਰੋਬਲਮ ਥੋੜਾ ਪਤਾ ਲੱਗਣ ਲੱਗਿਆ ਸੀ ਕਿ ਇੰਡੀਆ ਦੇ ਵਿੱਚ ਵੀ ਸਟਾਰਟਿੰਗ ਹੋ ਰਹੀ ਆ। ਸੋ ਮੇਰੀ ਫਲਾਈਟ ਦੁਬਾਰਾ ਸੀਗੀ ਵਾਪਸ ਆਉਣ ਨੂੰ April 2nd, ਮੈਂ ਨਾ ਅਸੀਂ ਚੇਂਜ ਕਰ ਲਈ। ਮੇਰੇ ਹਸਬੈਂਡ ਦੀ ਵੀ 2nd ਨੂੰ ਸੀ, ਪਰ ਡਿਫਰੈਂਟ ਫਲਾਈਟ ਸੀ, ਉਹਦੀ ਏਅਰ ਕੈਨੇਡਾ ਦੀ ਸੀ, ਮੇਰੀ ਐਮਰੇਟ ਦੀ ਨਾ। ਅਸੀਂ ਐਕਸਟਰਾ ਪੇ ਕਰਕੇ 23 ਦੀ ਵਾਪਸ ਆਉਣ ਦੀ ਫਲਾਈਟ ਦੀ ਬੁੱਕ ਕਰ ਲਈ ਸੀ, ਫਿਰ ਪਹਿਲੋਂ ਚਲੇ ਜਾਣਾ ਨਾ, ਉਹ ਤੋਂ ਪਹਿਲਾਂ ਫਲਾਈਟਸ ਮਿਲਦੀਆਂ ਨਹੀਂ ਸੀਗੀਆਂ। ਪੇ ਕਰ ਦਿੱਤੇ ਤੋਂ 1 ਦਿਨ ਪਹਿਲਾਂ ਅਨਰੀਅਲ ਕਿ ਲੋਕ, ਪਹਿਲਾਂ ਕਰਫਿਊ ਹੋ ਗਈ, ਅਸੀਂ ਸਟਾਰਟ ਕਰਨਾ ਸੀਗਾ 1 ਦਿਨ ਪਹਿਲਾਂ ਸਟਾਰਟ ਕਰਨਾ ਸੀਗਾ, ਪਰ ਫਿਰ ਉਹਨੇ ਲੋਕਡਾਊਨ ਕਰਤਾ। ਸਾਡੀ ਫਲਾਈਟ 3 ਘੰਟੇ ਬਾਅਦ ਵਿੱਚ ਚੱਲਣੀ ਸੀ ਜਦੋਂ ਉਹਨੇ ਲੋਕਡਾਊਨ ਸਟਾਰਟ ਕਰਤਾ, ਉਹ ਕੈਂਸਲ ਹੋ ਗਈ ਹੈ। ਫਿਰ ਸਾਨੂੰ ਪਤਾ ਲੱਗਾ ਕਿ ਏਅਰ ਕੈਨੇਡਾ ਐਕਸਟਰਾ ਫਲਾਈਟਸ ਕਰ ਰਹੇ ਆ। ਉਹ ਜਿਹੜਾ ਇੱਕ ਸਾਡਾ ਫਰੈਂਡ ਹੀ ਆ ਏਅਰਲਾਈਨ, ਉਹ ਕੰਮ ਕਰ ਰਿਹਾ ਤੁਸੀਂ ਟਰੈਵਲ ਇੰਡਸਟਰੀ ਚ, ਉਹ ਕਹਿੰਦਾ ਫਲਾਈਟਾਂ ਤਾਂ ਆ ਰਹੀਆਂ ਐਕਸਟਰਾ, ਉਹਨੇ ਵੈਨਕੂਵਰ ਤੋਂ ਲਗਾਈਆਂ ਆ ਏਅਰ ਕੈਨੇਡਾ ਨੇ ਪਿਕਅਪ, ਪਰ ਕਿਸੇ ਨੂੰ ਪਤਾ ਹੀ ਨਹੀਂ ਸੀਗਾ, ਕਿਸੇ ਨੂੰ ਕੋਈ ਇਨਫੋਰਮੇਸ਼ਨ ਨਹੀਂ ਸੀ ਮਿਲੀ। ਉਹ ਕਹਿੰਦਾ ਅੱਜ ਵੀ ਫਲਾਈਟ ਦੇ ਵਿੱਚ ਸਪੇਸ ਹੈਗਾ, ਲੋ 9:30 ਤਾਂ ਹੋਏ ਸੀਗੇ ਤੇ ਅਸੀਂ ਕਿਵੇਂ ਦਿੱਲੀ ਪਹੁੰਚਣਾ ਸੀਗਾ। ਫਿਰ ਅਸੀਂ ਆਪਣੇ ਟਰੈਵਲ ਏਜੰਟ ਨੂੰ ਫੋਨ ਕੀਤਾ, ਪਾਲ ਬੇਨਸ, ਹੀ ਵਾਸ ਐਕਸਲੈਂਟ। ਉਹਨੇ ਕਹਿੰਦਾ ਕਿ 26 ਨੂੰ ਫਲਾਈਟਾਂ ਹੈਗੀਆਂ ਏਅਰ ਕੈਨੇਡਾ ਦੀਆਂ ਚੱਲ ਰਹੀਆਂ ਅਜੇ ਵੀ, ਈਵਨ ਦੋ ਇੰਡੀਆ ਸਾਰਾ ਕੁਛ ਬੰਦ ਆ। ਉਹਨੇ ਫਿਰ ਸਾਡੀਆਂ ਫਲਾਈਟਾਂ ਏਅਰ ਕੈਨੇਡਾ ਦੇ ਨਾਲ ਬੁੱਕ ਕਰਤੀਆਂ। ਸੋ ਪਹਿਲਾਂ ਐਮਰੇਟ ਦੇ ਨਾਲ ਪੇ ਕੀਤੇ ਸੀ ਡਬਲ, ਫਿਰ ਹੁਣ ਏਅਰ ਕੈਨੇਡਾ ਦੇ ਨਾਲ ਹੋਰ ਬੁੱਕ ਕੀਤੀਆਂ, ਪਰ ਫਿਰ ਉਹ ਫਿਰ 2-3 ਘੰਟਿਆਂ ਬਾਅਦ ਆ ਗਿਆ ਕਿ ਉਹ ਕੈਂਸਲ ਹੋ ਗਈ। ਫਿਰ ਅਸੀਂ ਐਮਰੇਟ ਏਅਰਲਾਈਨ ਦੇ ਨਾਲ 30th
ਮਾਰਚ ਦੀ ਬੁੱਕ ਕੀਤੀ, ਕਹਿੰਦਾ ਬੁਕਿੰਗ ਲਾ ਰਹੇ ਆ, ਚੱਲ 30th ਨੂੰ ਸ਼ਾਇਦ ਵੀਕ ਬਾਅਦ ਚੱਲ ਪਊਗੀ ਨਾ, ਬਿਕਾਜ਼ ਪਹਿਲਾਂ ਵੀਕ ਲਈ ਕੀਤਾ ਸੀਗਾ ਉਹਨੇ, ਏਅਰ ਸਪੇਸ ਬੰਦ ਕੀਤਾ ਸੀ ਨਾ, ਤੋ ਫਿਰ ਉਹ ਵੀ ਬੰਦ ਹੋ ਗਈ। ਸੋ ਜਦੋਂ ਉਹਨੇ ਦੱਸਿਆ ਕਿ ਜਿਹੜੀ ਫਿਰ ਅਸੀਂ April 18 ਦੀ ਬੁੱਕ ਕਰਤੀ, ਪਰ ਜਦੋਂ ਉਹਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਹੁਣ 18 ਦੀ ਵੀ ਬੰਦ ਹੋ ਗਈ, ਉਹ ਕਹਿੰਦਾ ਕੁਲਵਿੰਦਰ ਮੈਨੂੰ ਲੱਗਦਾ ਕਿ ਤੁਹਾਨੂੰ ਮਈ ਜਾਂ ਜੂਨ ਦੇ ਵਿੱਚ ਇੱਥੇ ਤੇ ਰਹਿਣਾ ਪਊਗਾ। ਫਿਰ ਮੇਰਾ ਮਨ ਪੈਨਿਕ ਕਰਨ ਲੱਗ ਗਿਆ। ਇੱਕ ਜਦੋਂ ਲੋਕਡਾਊਨ ਹੋਇਆ, ਜਦੋਂ ਉਹਨੇ ਪੰਜਾਬ ਦੇ ਵਿੱਚ ਤਾਂ ਐਕਚੁਅਲੀ ਲੋਕਡਾਊਨ ਤੋਂ ਵੀ ਵੱਧ ਕਰਤਾ, ਉਹਨੇ ਕਰਫਿਊ ਲਗਾ ਦਿੱਤੀ, ਕਿਉਂ ਆ ਕਿ ਉਹ ਜਿਹੜਾ ਵੱਧ ਰਿਹਾ ਸੀਗਾ ਕਰੋਨਾ ਵਾਇਰਸ, ਬਿਕਾਜ਼ ਇੱਕ ਪੇਸ਼ੈਂਟ ਦੇ ਕਰਕੇ ਨਾ ਸਪਰੈਡ ਹੋ ਰਿਹਾ ਸੀਗਾ। ਸੋ ਜਦੋਂ ਲੋਕਡਾਊਨ ਕੀਤੀ, ਪ੍ਰੋਬਲਮ ਕੀ ਹੋਈ, ਕੋਈ ਘਰਾਂ ਚੋਂ ਬਾਹਰ ਨਹੀਂ ਨਿਕਲ ਸਕਦਾ, ਕੋਈ ਕੁਛ ਲੈ ਨਹੀਂ ਸਕਦੇ, ਨੋ ਪ੍ਰੋਬਲਮ। ਪਰ ਆਪਾਂ ਇੱਥੋਂ ਜਿਹੜੇ ਸਾਰੇ ਬਾਹਰੋਂ ਜਾਂਦੇ ਹਾਂ, ਆਪਾਂ ਪੀਂਦੇ ਹਾਂ ਬੋਟਲ ਵਾਟਰ ਆਪਣੀ ਸੇਫਟੀ ਲਈ, ਸਾਡਾ ਬੋਟਲ ਵਾਟਰ ਵੀ ਰਨ ਆਊਟ ਹੋ ਜਾਣਾ ਸੀਗਾ। ਇੱਕ ਕਈ ਲੋਕਾਂ ਦੀਆਂ ਸਾਡੇ ਰਿਸ਼ਤੇਦਾਰ, ਉਹਨਾਂ ਦੀਆਂ ਮੈਡੀਕੇਸ਼ਨ ਵੀ ਮੁੱਕਣ ਵਾਲੀਆਂ ਸੀਗੀਆਂ। ਫਿਰ ਸਾਨੂੰ ਸੋਚ, ਫਿਰ ਬਹੁਤ ਮਨ ਨੂੰ ਡਰ ਲੱਗਦਾ ਸੀ ਕਿ ਹੁਣ ਕੀ ਕਰਨਾ, ਕਿਵੇਂ, ਹੈ ਨਾ। ਈਵਨ ਦੋ ਜਿਹੜੇ ਸਾਡੇ ਪਿੰਡ ਦੇ ਵਿੱਚ ਸਾਡੇ ਫਰੈਂਡਸ ਆ, ਉਹ ਬਹੁਤ ਹੈਲਪਫੁਲ ਸੀਗੇ, ਉਹ ਕਹਿੰਦੇ ਤੁਸੀਂ ਬਾਹਰ ਨਹੀਂ ਨਿਕਲਣਾ, ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ, ਅਸੀਂ ਤੁਹਾਡੇ ਡੋਰ ਦੇ ਮੂਹਰੇ ਰੱਖਾਂਗੇ। ਦੇਖੋ ਸਾਰਿਆਂ ਦੇ ਕੋਲ ਨਹੀਂ ਇੱਦਾਂ ਦੇ ਰਿਸ਼ਤੇਦਾਰ ਜਾਂ ਫਰੈਂਡਸ ਹੁੰਦੇ, ਸਾਰੇ ਨਹੀਂ ਇਹ ਕੁਛ ਕਰ ਸਕਦੇ ਨਾ। ਫਿਰ ਜਦੋਂ ਮੈਨੂੰ ਮੇਰੇ ਦੂਸਰੇ ਟਰੈਵਲ ਏਜੰਟ ਦਾ ਫੋਨ ਗਿਆ ਕਿ 18 ਦੀ ਵੀ ਬੰਦ ਕੈਂਸਲ ਹੋ ਗਈ, ਰਾਤ ਨੂੰ 2 ਵਜੇ ਪਤਾ ਲੱਗਾ ਉਹਨੇ ਫੋਨ ਕੀਤਾ ਨਾ, ਤੇ ਫਿਰ ਮੈਨੂੰ ਬੜਾ ਮਨ ਨੂੰ ਪੈਨਿਕ ਹੋਣਾ ਸ਼ੁਰੂ ਹੋ ਗਿਆ ਕਿ ਪਹਿਲੋਂ ਅਸੀਂ ਐਕਚੁਅਲੀ ਜਦੋਂ ਹੀ ਕੈਨੇਡਾ ਦੇ ਨੇ ਕਿਹਾ ਸੀਗਾ ਕਿ ਜਿੰਨੇ ਵੀ ਵਾਰ ਗਏ ਆ ਨਾ, ਟਰੂਡੋ ਕਹਿ ਰਿਹਾ ਸੀਗਾ ਕਿ ਵਾਪਸ ਆ ਜਾਓ ਸਾਰੇ ਟਰੈਵਲ, ਅਸੀਂ ਤਾਂ ਟਰਾਈ ਕਰ ਰਹੇ ਸੀਗੇ ਸਾਰੇ, ਏਦਾਂ ਨੀ ਕਿ ਅਸੀਂ ਉੱਥੇ ਬੈਠੇ ਸੀਗੇ ਵੀ ਗਵਰਨਮੈਂਟ ਸਾਨੂੰ ਚੁੱਕ ਕੇ ਲੈ ਕੇ ਜਾਊਗੀ। ਵੀ ਆਰ ਆਲ ਟ੍ਰਾਇੰਗ, ਕੋਈ ਫਲਾਈਟਸ ਮਿਲ ਨਹੀਂ ਸੀ ਰਹੀਆਂ, ਜੋ ਮਿਲਦੀਆਂ ਸੀ ਉਹ ਕੈਂਸਲ ਹੋਈ ਜਾਂਦੀਆਂ ਸੀਗੀਆਂ। ਸੋ ਸਾਰੇ ਫਿਰ ਉਹ ਕਹਿੰਦੇ ਤੁਸੀਂ ਰਜਿਸਟਰ ਕਰੋ ਕੈਨੇਡੀਅਨ ਕਾਉਂਸਲੇਟ ਦੇ ਨਾਲ, ਇੰਡੀਅਨ ਕਾਉਂਸਲੇਟ ਦੇ ਨਾਲ, ਈਵਨ SOS ਗਰੁੱਪ ਹੈ ਨਾ, ਸਾਰੇ ਬੁੱਕ ਕਰ ਦਿੱਤਾ। ਜਨੇਰਿਕ ਈਮੇਲ ਆ ਰਹੀਆਂ ਸੀਗੀਆਂ ਕਿ ਫਲਾਈਟਾਂ ਸ਼ੁਰੂ ਹੋ ਗਈਆਂ ਹੋਣੀਆਂ, ਤੁਸੀਂ ਸਾਰਿਆਂ ਨੂੰ ਇਨਫੋਰਮੇਸ਼ਨ ਆਪਣੀ ਪਾਸਪੋਰਟਸ ਐਵਰੀਥਿੰਗ ਘੱਲ ਦਿਓ। ਅਸੀਂ ਘੱਲ ਦਿੱਤੇ, ਕੋਈ ਕਿਸੇ ਨੂੰ ਕੁਛ ਵੀ ਵਾਪਸ ਨਹੀਂ ਆਇਆ, ਸਾਨੂੰ ਨਹੀਂ ਆਇਆ, ਥੋੜੇ ਲੋਕ ਆਇਆ, ਪਰ ਉਹਨਾਂ ਦੀਆਂ ਤੇ ਫਲਾਈਟਸ ਓਬਵੀਅਸਲੀ ਪਹਿਲੀ ਮਿਲ ਗਈ ਉਹਨਾਂ ਨੂੰ ਨਾ, ਸੈਕਿੰਡ ਵਨ। ਫਿਰ ਜਦੋਂ ਮੈਨੂੰ ਥੋੜਾ ਸਟ੍ਰੈਸ ਹੋਣ ਲੱਗਿਆ ਕਿ ਅਸੀਂ ਇਸ ਕੰਟਰੀ ਚੋਂ ਬਾਹਰ ਜਾਣਾ ਵੀ ਸੇਫ ਨਹੀਂ ਹੈਗਾ, ਮੈਂ ਇੱਥੇ ਜੂਨ ਤੇ ਨਹੀਂ ਰਹਿਣਾ ਪਊਗਾ, ਸੋ ਇਸ ਲਈ ਮੈਂ ਆਪਣੀ ਫਰੈਂਡ ਨੂੰ ਪਤਾ ਲੱਗਾ ਕਿ ਮੇਰੀ ਫਰੈਂਡ ਦੇ ਮਾਂ ਪਿਓ ਨੂੰ ਟਿਕਟ ਮਿਲ ਗਈ। ਫਿਰ ਮੈਂ ਉਹਨੂੰ ਫੋਨ ਕੀਤਾ ਰਾਤ ਨੂੰ ਹੀ, ਸਾਰੀ ਰਾਤ ਨਹੀਂ ਸੁੱਤੀ, ਵੀ ਉਹਨੂੰ ਕਿਹੜਾ ਏਜੰਟ ਸੀਗਾ, ਹਾਊ ਕਮ ਸ਼ੀ ਗਾਟ ਥਰੂ, ਆਈ ਡਿਡਨਟ। ਉਹਨੇ ਵੀ ਮੈਨੂੰ ਬਹੁਤ ਪੁੱਛ ਕੀਤਾ, ਕਹਿੰਦੀ ਖੇੜਾ ਫੋਨ ਕਰ ਉਸੇ ਵੇਲੇ ਰਾਈਟ ਅਵੇ ਤੂੰ ਉਹਨੂੰ ਸਾਰੀ ਇਨਫੋਰਮੇਸ਼ਨ। ਸੋ 3 ਵਜੇ ਸਵੇਰ ਨੂੰ ਮੈਂ ਆਪਣੀ ਸਾਰੀ 4 ਜਣਿਆਂ ਦੀ, ਸਾਡੇ ਰਿਸ਼ਤੇਦਾਰ ਵੀ ਨਾਲ ਸੀ, 4 ਦੀ ਇਨਫੋਰਮੇਸ਼ਨ ਰਾਈਟ ਅਵੇ ਉਹਨੂੰ ਸੈਂਡ ਕਰਤੀ ਦੂਸਰੇ ਏਜੰਟ ਨੂੰ, ਸਾਰਾ ਕੁਛ ਐਕਸਪਲੇਨ ਕਰਕੇ ਕਿ ਸਾਨੂੰ ਮੇ ਬੀ 2 ਦਿਨ ਹੋ ਗਏ ਆਲਰੇਡੀ ਇਨਫੋਰਮੇਸ਼ਨ, ਇਕੱਲੀ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਨਾ। ਸੋ ਉਹਨੇ ਫਿਰ ਦੂਸਰੇ ਦਿਨ 9 ਵਜੇ ਸਾਨੂੰ ਈਮੇਲ ਕੱਲੀ ਕਿ ਤੁਸੀਂ ਮੇਰੀ ਲਿਸਟ ਦੇ ਵਿੱਚ ਨਹੀਂ ਹੈਗੇ, ਬਟ ਮੈਂ ਤੁਹਾਨੂੰ ਨੰਬਰ ਦਿੰਦਾ ਆ। ਉਹਨੇ ਮੈਨੂੰ ਫੋਨ ਨੰਬਰ 5 ਲੋਕਾਂ ਦੇ ਦਿੱਤੇ ਜਿਹੜੇ ਕਹਿੰਦੇ ਪੰਜਾਬ ਦੇ ਵਿੱਚ ਉਹ ਹੈਲਪ ਕਰ ਰਹੇ ਨਾ ਲੋਕਾਂ ਨੂੰ ਆਉਣ ਦੀ। ਫਿਰ ਮੈਂ ਉਹ ਫੋਨ ਕਰਨੇ ਸ਼ੁਰੂ ਕਰਤੇ 9 ਵਜੇ, ਮੈਨੂੰ ਆਈ ਥਿੰਕ ਆਈ ਕਾਲ ਦਿਸ ਗਾਇ 30 ਟਾਈਮਸ ਕਾਂਸਟੈਂਟਲੀ, 30 ਵਾਰੀ ਮੇਰਾ ਖਿਆਲ 30-40 ਵਾਰੀ ਫੋਨ ਕੀਤਾ, ਫਾਈਨਲੀ ਉਹਨੇ ਫੋਨ ਪਿਕਅਪ ਕਰ ਲਿਆ ਨਾ, ਬਿਕਾਜ਼ ਉਹ ਵੀ ਲਾਈਨਾਂ ਤੇ ਬਿਜ਼ੀ ਸੀਗੇ। ਤੋ ਜਦੋਂ ਉਹ ਕਹਿੰਦੇ ਵੀ ਉਹਨੂੰ ਮੈਂ ਐਕਸਪਲੇਨ ਕੀਤਾ, ਮੈਂ ਕਿਹਾ ਪਲੀਜ਼ ਸਾਨੂੰ ਈਮੇਲ ਕਰ ਦੇ ਜਿਹਦੇ ਵਿੱਚ ਅਸੀਂ ਪੇਮੈਂਟ ਕਰ ਦਈਏ, ਬਿਕਾਜ਼ ਉਹ ਪੇਮੈਂਟ ਜਿੰਨਾ ਚਿਰ ਪੇਮੈਂਟ ਨਹੀਂ ਹੁੰਦੀ ਤੇ ਅਸੀਂ ਉੱਥੇ ਲਿਸਟ ਤੇ ਨਹੀਂ ਜਾ ਸਕਦੇ ਏਅਰਲਾਈਨ ਦੇ ਵਿੱਚ ਨਾ। ਉਹ ਮੈਨੂੰ ਕਹਿੰਦਾ ਮੈਮ ਇੰਨਾ ਕੋਸਟ ਆਉਣੀ ਆ, ਜੇ ਤੁਸੀਂ ਆਨਲਾਈਨ ਕਰ ਦਿਓ ਜਾਂ ਤੁਸੀਂ ਬੈਂਕ ਥਰੂ ਕਰ ਦਿਓ, ਜੇ ਤੁਸੀਂ ਕ੍ਰੈਡਿਟ ਕਾਰਡ ਦੇਣਾ 2 ਪੁਆਇੰਟ, ਆਈ ਸੈਡ ਆਈ ਡੋਂਟ ਕੇਅਰ। ਮੈਂ ਕਿਹਾ ਮੇਰਾ ਕ੍ਰੈਡਿਟ ਕਾਰਡ ਰਾਈਟ ਨਾ ਮੇਰੇ ਹੱਥ ਵਿੱਚ ਆ, ਤੈਨੂੰ ਨੰਬਰ ਦੇਵਾਂ? ਕਹਿੰਦਾ ਨਹੀਂ 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 ਮੈਂ ਤੁਹਾਨੂੰ ਈਮੇਲ ਕਰਦਾ। ਸੋ ਈਮੇਲ ਕੱਲੀ ਉਹਨੇ ਕਰ ਦਿੱਤੀ ਰਾਈਟ, ਈਮੇਲ ਜਿਹੜੀ ਕੱਲੀ ਕਿ ਤੁਸੀਂ ਪੇਮੈਂਟ ਕਰੋ, ਉਹਦੇ ਲਈ ਸਾਡਾ ਅੱਧਾ ਦਿਨ ਵੇਸਟ ਹੋਇਆ ਕੋਂਸਟੈਂਟਲੀ ਟਰਾਈ ਕਰਦਿਆਂ ਨੂੰ। ਉਹ ਕ੍ਰੈਡਿਟ ਕਾਰਡ ਪਹਿਲੀ ਗੱਲ ਤਾਂ ਕਿ ਜਦੋਂ ਤੁਸੀਂ ਫੰਡਸ ਪਾਉਂਦੇ ਆ ਅਰਬ 3.5 ਲੱਖ ਵਟਐਵਰ, ਉਧਰੋਂ ਰਿਜੈਕਟ ਹੋ ਗਿਆ, ਬਿਕਾਜ਼ ਉਹ ਕਹਿੰਦੇ ਖਰਿਆ ਫਰੋਜੂਲੈਂਟ ਆ। ਪਰ ਲੱਕਲੀ ਮੇਰੇ ਕ੍ਰੈਡਿਟ ਕਾਰਡ ਨੇ ਰਾਈਟ ਅਵੇ ਸਾਨੂੰ ਫੋਨ ਕੀਤਾ ਮੇਰੇ ਫੋਨ ਤੋਂ, ਬਿਕਾਜ਼ ਮੇਰੇ ਕੋਲ ਕੈਨੇਡੀਅਨ ਫੋਨ ਸੀਗਾ ਨਾ ਨੰਬਰ। ਉਹ ਕਹਿੰਦੇ, ਮੈਂ ਕਿਹਾ ਨੋ ਮੈਂ ਹੀ ਕਰ ਰਹੀ ਹਾਂ, ਸਿਕਿਉਰਿਟੀ ਆਨਸਰ ਕਰ ਦਿੱਤੇ,
ਫਾਈਨਲੀ ਮੇਰਾ ਥਰੂ ਹੋ ਗਿਆ ਹੈ ਨਾ। ਸਾਡੇ ਫਰੈਂਡਸ ਜਿਹੜੇ ਨਾਲ ਦੋ ਹੋਰ ਟਿਕਟ ਸੀਗੇ ਬਿਕਾਜ਼ ਸਾਡੀ ਚਾਚੀ ਜੀ ਦੀ ਸਿਹਤ ਇੰਨੀ ਠੀਕ ਨਹੀਂ ਸੀਗੀ, ਅਸੀਂ ਚਾਹੁੰਦੇ ਸੀ ਇਕੱਠੇ ਵਾਪਸ ਆਉਣ ਨੂੰ ਨਾ। ਫਿਰ ਉਹਨਾਂ ਦੇ ਪ੍ਰੋਬਲਮ ਆਉਣ ਲੱਗ ਗਈ, ਫਿਰ ਉਹਨਾਂ ਨੂੰ ਵੀ ਵਾਪਸ ਵੈਨ ਸਿਟੀ ਨੂੰ ਫੋਨ ਕੀਤਾ, ਲੱਕ ਲਈ ਸਾਡੀ ਪੇਮੈਂਟ ਉਸੇ ਵੇਲੇ ਥਰੂ ਹੋ ਗਈ। ਫਿਰ ਉਹਨੂੰ ਅਸੀਂ ਕਾਪੀ ਕੱਲੀ ਕਿ ਦੇਖੋ ਇਹ ਥਰੂ ਹੋ ਗਈ ਆ, ਹੁਣ ਵਟ ਨੈਕਸਟ। ਫਿਰ ਵੀ ਸਾਨੂੰ ਸ਼ਾਮ ਤੇ ਇਹ ਕਰਨਾ ਪਿਆ। ਫਿਰ ਦੂਸਰੇ ਨੂੰ ਉਹ ਕਹਿੰਦਾ ਵੀ ਮੈਂ ਤੁਹਾਨੂੰ ਤੁਹਾਡੀ ਲਿਸਟ ਦੇ ਵਿੱਚ ਨਾਂ ਪਾ ਦਿੱਤਾ, ਐਕਚੁਅਲੀ ਕੋਈ ਪ੍ਰੋਬਲਮ ਨਹੀਂ ਹੋਊਗੀ, ਜਦੋਂ ਨੈਕਸਟ ਫਲਾਈਟ ਚੱਲਣੀ ਤੁਹਾਡੇ ਤੁਹਾਡਾ ਅਸੀਂ ਤੁਹਾਨੂੰ ਵਾਪਸ ਇਨਫੋਰਮੇਸ਼ਨ ਦੇਵਾਂਗੇ। ਕੋਈ ਇਨਫੋਰਮੇਸ਼ਨ ਨਹੀਂ ਆਉਂਦੀ ਸੀਗੀ ਹੈ ਨਾ ਲਾ। ਸੋ ਐਕਚੁਅਲੀ ਫਿਰ ਮੈਂ ਫੋਨ ਕੀਤਾ ਵੀ ਦੱਸੋ ਤਾਂ ਸਹੀ ਸਾਨੂੰ ਕਿਵੇਂ ਪਤਾ ਲੱਗੂ ਵੀ ਕਦੋਂ ਜਾਣਾ ਆ, ਸਟ੍ਰੈਸਡ ਆਊਟ ਹੋ ਜਾਂਦੇ, ਸਿਰਫ ਚਾਰ ਤਾਂ ਫਲਾਈਟਾਂ ਆ ਇੱਥੇ ਕੈਨੇਡਾ ਦੇ ਵਿੱਚ, ਕਹੀ ਜਾਂਦੇ ਉਹ ਜੀ ਉਹ ਵੈਨਕੂਵਰ ਤੋਂ ਚੱਲ ਰਹੀਆਂ ਕੋਈ ਬਣੀਆਂ ਕਿੱਥੋਂ ਅੰਮ੍ਰਿਤਸਰ ਤੋਂ ਚੱਲਣੀ ਆ ਜਾਂ ਬੰਬੇ ਮੁੰਬਈ ਤੋਂ ਚੱਲਣੀ ਬੈਂਗਲੋਰ, ਸਟਿਲ ਓਨਲੀ ਫੋਰ ਫਲਾਈਟ। ਸੋ ਕਿਉਂ ਜਿੱਦਾਂ ਤੁਸੀਂ ਪੰਜਾਬ ਦੀ ਗੱਲ ਕਰ ਲੈਂਦੇ ਆ, ਜਦੋਂ ਪੰਜਾਬ ਦੇ ਵਿੱਚ ਤੁਹਾਨੂੰ 15-20 ਡੇਜ਼ ਰਹਿਣਾ ਪਿਆ, ਐਂਡ ਤੁਸੀਂ ਕਿਹਾ ਕਿ ਸਾਰੇ ਹੈਲਪਫੁਲ ਸੀਗੇ, ਬਟ ਕਈ ਜਿਹੜੇ ਉੱਥੇ ਰਹਿ ਰਹੇ ਆ ਜਾਂ ਕੈਨੇਡੀਅਨਸ ਨੇ ਜਾਂ ਕਿਸੇ ਹੋਰ ਕੰਟਰੀ ਇਜ਼, ਦੇ ਆਰ ਲਾਈਕ ਕਿ ਜਿਹੜੀ ਪੁਲਿਸ ਹੈ ਉਹ ਵੀ ਪਰੇਸ਼ਾਨ ਕਰਦੀ ਹੈ, ਤੁਸੀਂ ਕੁਛ ਇੱਦਾਂ ਦਾ ਕੁਛ ਫੇਸ ਕੀਤਾ ਕਿ ਤੁਹਾਨੂੰ ਪੁਲਿਸ ਜੇ ਤੁਸੀਂ ਡੋਰ ਦੇ ਵਿੱਚ ਵੀ ਖੜੇ ਹੈਗੇ ਆ ਬਟ ਸਟਿਲ ਦੇ ਆਰ ਸੇਇੰਗ ਕਿ ਤੁਸੀਂ ਬਾਹਰ ਕਿਉਂ ਖੜੇ ਹੋ ਜਾਂ ਤੁਹਾਡੇ ਕੋਈ ਨੇਬਰ ਨੇ ਕਿਸੇ ਨੇ ਤੰਗ ਕੀਤਾ ਹੋਏ? ਨੋ, ਸਾਡੇ ਨੇਬਰ ਨੇ ਨੀ ਕਿਸੇ ਤੱਕ, ਪਰ ਮੈਂ ਆਪਣੇ ਆਪ ਅੱਖੀ ਦੇਖਿਆ ਜਦੋਂ ਮੈਂ ਆਪਣੀ ਫੋਰਚ ਤੋਂ ਬਾਹਰ ਦੇਖ ਰਹੀ ਸੀ, ਪੁਲਿਸ ਆਉਂਦੀ ਸੀ, ਵਹੀਕਲ ਦੇ ਵਿੱਚ ਸਾਇਰਨ ਲੱਗੇ ਸੀਗੇ, ਜੇ ਕੋਈ ਵੀ ਵਾਰ ਕਰਦਾ ਤੇ ਉਹ ਉੱਠ ਕੇ ਬਟਾਉਣ ਨਾਲ ਉਹਨਾਂ ਨੂੰ ਕੁੱਟਣ ਲੱਗ ਜਾਂਦੇ ਸੀਗੇ। ਪਹਿਲੇ ਦੋ ਦਿਨ ਤਾਂ ਕੁਐਸਚਨ ਵੀ ਨਹੀਂ ਸੀ ਪੁੱਛਦੇ ਵੀ ਤੁਸੀਂ ਕਾਹਤੇ ਵਾਹ ਰਹੇ ਆ, ਜਿਹੜੇ ਲੋਕੀ ਮੋਟਰਸਾਈਕਲ ਦੇ ਜਾਂ ਸਕੂਟਰ ਤੇ ਸੀਗੇ। ਸੋ ਇਸ ਕਰਕੇ ਬਹੁਤ ਡਿਫੀਕਲਟ ਸਾਡੀ ਜਿਹੜੀ, ਜਿਵੇਂ ਕਿ ਮੇਰੀ ਚਾਚੀ ਸੀ ਉਹਨਾਂ ਦੀ ਮੈਡੀਕੇਸ਼ਨ ਖਤਮ ਹੋਣ ਵਾਲੀ ਸੀਗੀ, ਥੋੜੇ ਇਸ਼ੂਜ਼ ਆ ਰਹੇ ਸੀ। ਫਿਰ ਬਾਅਦ ਵਿੱਚ ਦੋ ਤਿੰਨ ਦਿਨ ਬਾਅਦ ਵਿੱਚ ਉਹਨੇ ਥੋੜਾ ਜਿਹਾ ਓਪਨ ਕੀਤਾ, ਫਿਰ ਉਹ ਸਵੇਰ ਨੂੰ 5 ਵਜੇ ਜਾ ਕੇ ਫਗਵਾੜੇ ਤੋਂ ਫਾਰਮੇਸੀ ਤੋਂ ਜਾ ਕੇ ਮੈਡੀਕੇਸ਼ਨ ਲੈ ਕੇ ਆਈ ਸੀ, ਫਿਰ ਕੋਈ ਪ੍ਰੋਬਲਮ ਨਹੀਂ ਆਈ। ਫਿਰ ਜੀ ਤੁਸੀਂ ਉੱਥੇ ਫਿਰ ਕਿਸੇ ਆਪਣੇ ਇੱਥੇ MP ਨੂੰ ਜਾਂ ਕਿਸੇ ਨੂੰ ਕਨੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਇੱਥੇ ਬੈਠੇ ਹੋਏ ਆ ਤਾਂ ਸਾਨੂੰ ਇੱਥੋਂ ਬਾਹਰ ਕੱਢੋ? ਬਿਲਕੁਲ, ਬਿਕਾਜ਼ ਅਸਲ ਰਜਿਸਟਰ ਕੀਤਾ ਸੀਗਾ, ਜਦੋਂ ਅਸੀਂ ਈਮੇਲ ਕਰਦੇ ਸੀ ਕੈਨੇਡੀਅਨ ਕਾਉਂਸਲਰ ਨੂੰ ਕੋਈ ਰਿਸਪੌਂਡ ਨਹੀਂ ਸੀ ਹੁੰਦਾ। ਈਵਨ ਉਹਨਾਂ ਨੇ ਜਿਹੜੀ SOS ਵਾਲੀ ਲਾਈਨ ਲਗਾਈ ਉੱਤੇ ਫੋਨ ਨੰਬਰ ਵੀ ਈਮੇਲ ਵੀ ਕੀਤੀ ਆ ਹੈਗੀ ਆ, ਜਦੋਂ ਉਹਨਾਂ ਨੂੰ ਫੋਨ ਕਰਦੇ ਸੀ ਕੋਈ ਪਿਕਅਪ ਨਹੀਂ ਸੀ ਕਰਦਾ, ਜਦੋਂ ਉਹਨਾਂ ਈਮੇਲ ਕਰਦੇ ਸੀ ਕੋਈ ਰਿਸਪੌਂਡ ਨਹੀਂ ਸੀ ਕਰਦਾ। ਜਦੋਂ ਚੰਡੀਗੜ੍ਹ ਦੇ ਵਿੱਚ ਜਿਹੜੀ ਕੈਨੇਡੀਅਨ ਕਾਉਂਸਲਰ ਆ ਉਹਨੂੰ ਮੇਰਾ ਖਿਆਲ ਮੈਂ 100 ਟਾਈਮ ਫੋਨ ਕੀਤਾ, ਕੋਈ ਪਿਕਅਪ ਨਹੀਂ ਸੀ ਫੋਨ ਕਰਦਾ। ਸੋ ਵੀ ਆਰ ਫੀਲਿੰਗ ਆਈਸੋਲੇਟਡ, ਅਬੈਂਡਨਡ, ਸਕੇਅਰਡ ਹੈ ਨਾ। ਫਿਰ ਅਸੀਂ ਕੀ ਕੀਤਾ, ਅਸੀਂ ਡਿਸਾਈਡ ਕੀਤਾ ਵੀ ਅਸੀਂ ਲੈਟਰ ਲਿਖਣੀ ਆ ਐਮਬੈਸੀ ਨੂੰ, ਆਈ ਮੀਨ ਜਿਹੜੇ ਸਾਡੇ MPs ਨੇ ਹੈ ਨਾ। ਫਿਰ ਮੈਂ ਆਪ ਪਰਸਨਲੀ ਲੈਟਰ ਲਿਖੀ ਸੁਖ ਟਾਲੀਵਾਲ ਨੂੰ, ਤੇ ਜਿਹੜੇ ਸਾਡੇ ਫਰੈਂਡਸ ਆ ਐਮਰੀ ਗੂਮਨ ਉਹਨਾਂ ਨੇ ਲਿਖੀ ਸੱਜਣ ਹਰਜੀਤ ਸੱਜਣ ਨੂੰ, ਬਿਕਾਜ਼ ਉਹ ਉਹਨਾਂ ਨੂੰ ਪਰਸਨਲੀ ਜਾਣਦੇ ਆ, ਉਹਨਾਂ ਦੀ ਵਾਈਫ ਉਹਨਾਂ ਦੇ ਮਨ ਦੀ ਡਾਕਟਰ ਆ ਜਿਹੜੀ ਉਹ ਇੰਡੀਆ ਚ ਬੈਠੇ ਆ। ਸੋ ਇਸ ਕਰਕੇ, ਪਰ ਐਕਚੁਲੀ ਵਟ ਵਾਸ ਨਾਈਸ ਕਿ ਜਦੋਂ ਈਮੇਲ ਕੀਤੀ ਘੰਟੇ ਦੇ ਵਿੱਚ ਵਿੱਚ ਸਾਨੂੰ ਫੋਨ ਆ ਗਿਆ, ਉਹਨਾਂ ਦੇ ਜਿਹੜਾ ਪਰਸਨਲ ਅਸਿਸਟੈਂਟ ਹੈ ਉਹਨਾਂ ਨੇ ਫੋਨ ਕੀਤਾ। ਸੋ ਦੈਟ ਵਾਸ ਰੀਅਸ਼ੋਰਿੰਗ ਕਿ ਆਈ ਫੀਲ ਹਰਡ ਕਿ ਹਾਂ। ਪਰ ਉਹ ਵੀ ਸੇਮ ਹੀ ਕਹਿ ਰਹੇ ਸੀ ਜਨੈਰਿਕ ਕਿ ਅਸੀਂ ਸਾਰਾ ਕੁਝ ਕਰ ਰਹੇ ਹਾਂ, ਤੁਸੀਂ ਫਿਕਰ ਨਾ ਕਰੋ, ਪਰ ਤੁਸੀਂ ਏਦਾਂ ਨਾ ਕਰੋ ਕਿ ਬੈਠੋਗੇ, ਤੁਹਾਨੂੰ ਸਾਰਿਆਂ ਨੂੰ ਤਾਂ ਲਿਜਾ ਨਹੀਂ ਸਕਦੇ, ਤੁਸੀਂ 30-40 ਹਜ਼ਾਰ ਇੱਥੇ ਇੰਡੀਆ ਦੇ ਵਿੱਚ ਆ, ਤੁਸੀਂ ਫਿਰ ਵੀ ਜਿਹਨੂੰ ਜਿਹਨੂੰ ਫਲਾਈਟਾਂ ਮਿਲਦੀਆਂ ਆਈ ਜਾਓ, ਏਦਾਂ ਨਾ ਕਰੋ। ਮੈਂ ਕਿਹਾ ਹੈਲੋ, 5 ਤਾਂ ਕਰ ਚੁੱਕੇ ਆ, ਤੂੰ ਦੱਸ ਕਿਹੜੀ ਫਲਾਈਟ 'ਚ ਮੈਂ ਆਵਾਂ, ਬਿਕਾਜ਼ ਸਾਨੂੰ ਤਾਂ ਪਤਾ ਨਹੀਂ ਲੱਗਦਾ, ਫਲਾਈਟਾਂ ਤਾਂ ਸਾਰੀਆਂ ਬੰਦ ਆ। ਸੋ ਜਨੈਰਿਕ ਉਹ ਕਹਿ ਰਹੇ ਸੀਗੇ, ਬਟ ਦੇ ਡਿਡ ਰਿਪਲਾਈ ਬੈਕ। ਸੋ ਦੈਟ ਕਾਈਂਡ ਆਫ ਫੈਲਟ ਗੁੱਡ, ਯਾ, ਦੇਰ ਇਜ਼ ਸਮਬਡੀ ਔਨ ਦੀ ਅਦਰ ਸਾਈਡ ਲੁਕਿੰਗ ਐਟ ਇਟ। ਸੋ ਇਟ ਫੈਲਟ ਕਾਈਂਡ ਆਫ ਰੀਅਸ਼ੋਰਿੰਗ ਕਿ ਅਸੀਂ ਈਵਨ ਜਦੋਂ ਇੱਥੇ ਦੇ ਟਿਕਟ ਵੀ ਲੈਣੇ ਸੀ, ਮੈਨੂੰ ਸਾਰੀ ਰਾਤ ਤੇ ਦੂਸਰਾ ਦਿਨ 5 ਵਜੇ ਤੇ ਇੰਨਾ ਟਾਈਮ ਲੱਗਾ, ਆਈ ਫੀਲ ਐਜੂਕੇਟਿਡ ਕਿ ਨੌਲੇਜਬਲ, ਜੇ ਮੈਨੂੰ ਇੰਨਾ ਟਾਈਮ ਲੱਗਾ ਕਿ ਬੇਸਿਕ ਪਰਸਨ ਕਿਵੇਂ ਉਹਨੂੰ ਹੈਂਡਲ ਕਰੂਗਾ। ਇੰਡੀਆ ਦੇ ਵਿੱਚ ਕੋਈ ਫੋਨ ਵੀ ਨਹੀਂ ਪਿਕਅਪ ਕਰ ਰਿਹਾ, ਪਰ ਜਦੋਂ ਤੁਹਾਡੀ ਕਨਫਰਮੇਸ਼ਨ ਆਈ ਤਾਂ ਤੁਹਾਨੂੰ ਫਲਾਈਟ ਇਨਫੋਰਮੇਸ਼ਨ ਕਿਵੇਂ ਸੀ? ਸੋ ਤੁਸੀਂ ਸਿੱਧਾ ਅੰਮ੍ਰਿਤਸਰ ਤੋਂ ਟੋਰਾਂਟੋ ਆਏ ਹੋ, ਤਾਂ ਸੋ ਕਿਹੜੇ ਕਿਹੜੇ ਜਗ੍ਹਾ ਦੇ ਉੱਤੇ ਹਾਲਟ ਸੀਗੇ? ਪਹਿਲਾਂ ਉਹਨਾਂ ਨੇ ਐਕਚੁਅਲੀ ਸਾਡੀ ਫਲਾਈਟ ਨੈਕਸਟ ਡੇ ਸੀ, ਮੈਂ ਵਾਰ ਵਾਰ ਈਮੇਲ ਕਰਦੀ ਸੀ ਫੋਨ ਕਿ ਸਾਨੂੰ ਫਲਾਈਟ ਇਨਫੋਰਮੇਸ਼ਨ ਚਾਹੀਦੀ, ਸਾਨੂੰ ਪਤਾ ਹੋਣਾ ਚਾਹੀਦਾ ਵੀ ਐਕਚੁਅਲੀ ਅਸੀਂ ਜਾ ਵੀ ਰਹੇ ਹਾਂ ਜਾਂ ਜਾ ਰਹੇ ਹਾਂ,
ਕਿਵੇਂ ਜਾ ਰਹੇ, ਕਿੱਧਰ ਤੀ ਜਾ ਰਹੇ ਆ, ਉਹ ਕਹਿੰਦੇ ਮੈਮ ਡੋਂਟ ਵਰੀ, ਐਕਚੁਲੀ ਆਰ ਆਰ ਪਰਸਨ ਦੈਟ ਵੀ ਵਰ ਡੀਲਿੰਗ ਵਿਦ ਔਨ ਦੀ ਅਦਰ ਸਾਈਡ, ਹਰਿੰਦਰ ਵਾਸ ਵੈਰੀ ਗੁੱਡ, ਵੈਰੀ ਪ੍ਰੋਫੈਸ਼ਨਲ, ਬਹੁਤ ਕੇਅਰਿੰਗ. ਜੇ ਮੈਂ ਉਹਨੂੰ ਫੋਨ ਕਰਦੀ ਸੀ, ਉਹਦੀ ਲਾਈਨ ਬਿਜ਼ੀ ਸੀ, ਉਹ ਵਾਪਸ ਮੈਨੂੰ ਫੋਨ ਕਰਦਾ ਸੀਗਾ ਵੀ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਫਲਾਈਟ ਮਿਲ ਗਈ, ਤੁਹਾਡੇ ਟਿਕਟ ਇਸ਼ੂ ਹੋ ਗਿਆ. ਵੀ ਯੂ ਨੋ ਵਟ, ਅਸੀਂ ਦੂਸਰੇ ਦਿਨ ਸਾਡੀ ਫਲਾਈਟ ਸੀ, ਸਾਨੂੰ ਰਾਤ ਨੂੰ 1 ਵਜੇ ਈਮੇਲ ਆਈ ਕਿ ਤੁਹਾਡੇ ਟਿਕਟ ਆ, ਤੁਹਾਡੇ ਟਿਕਟ ਆ. ਫਿਰ ਉਹਨੇ ਫੋਨ ਕੀਤਾ ਫੋਲੋ ਅਪ ਕਿ ਤੁਹਾਡੇ ਟਿਕਟ ਇਸ਼ੂ ਕਰਤੇ ਆ, ਮੇਕ ਸ਼ੋਰ ਕਰੋ ਕਿ ਤੁਹਾਨੂੰ ਈਮੇਲ ਆ ਗਈ, ਉਹਦੇ ਵਿੱਚ ਕਰੈਕਟ ਨੇਮ ਆ ਸਾਰਾ ਕੁਝ. ਸੋ ਇਟਸ ਵੈਰੀ ਅਪਰੀਸ਼ੀਏਟਿਵ, ਬਟ ਅਗੇਨ 1 ਵਜੇ ਰਾਤ ਨੂੰ ਕੀਤਾ. ਸੋ ਦੂਸਰੇ ਦਿਨ ਅਸੀਂ ਚੱਲ ਰਹੇ ਹਾਂ ਨਾ. ਸੋ ਜਦੋਂ ਉੱਥੋਂ ਫਿਰ ਉਹਨੇ ਲੈਟਰ ਵੀ ਕਾਉਂਸਲਰ ਦੀ ਘੱਲੀ ਸੀਗੀ ਕਿ ਅਨਖੇਸ ਪ੍ਰੋਬਲਮ ਆਈਆਂ ਪੁਲਿਸ ਦੇ ਨਾਲ, ਤੇ ਪਰ ਫਿਰ ਵੀ ਅਸੀਂ ਸਰਪੰਚ ਤੋਂ ਵੀ ਲੈਟਰ ਲਿਖਾ ਲਈ ਸੀਗੀ ਕਿ ਇਨਖੇਸ, ਹੈ ਨਾ, ਕੋਈ ਪ੍ਰੋਬਲਮ ਨਹੀਂ ਆਈ ਵੈਸੇ ਅੰਮ੍ਰਿਤਸਰ ਆਉਣ ਨੂੰ. ਅੰਮ੍ਰਿਤਸਰ ਆਉਣ ਨੂੰ ਵੀ ਥੋੜ੍ਹਾ, ਆਈ ਥਿੰਕ ਇਹ ਸਾਰਿਆਂ ਲਈ ਨਵੀਂ ਗੱਲ ਆ, ਉੱਥੇ ਵੀ ਉਹ ਯੂਜ਼ ਟੂ ਨਹੀਂ ਹੈਗੇ ਕੰਟਰੈਕਟ. ਇਹ ਨਹੀਂ, ਆਈ ਡੋਂਟ ਅੰਡਰਸਟੈਂਡ ਕਿ ਕੰਟਰੈਕਟ ਥਰਡ ਪਾਰਟੀ ਨੂੰ ਕਰ ਦਿੱਤਾ ਇੰਡੀਆ ਦੇ ਵਿੱਚ. ਕਿਉਂ ਕਿਉਂ ਨਹੀਂ ਇਹਨੇ ਇੱਥੋਂ ਹੈਂਡਲ ਕੀਤਾ, ਕਿਉਂ ਨਹੀਂ ਏਅਰ ਕੈਨੇਡਾ ਡਾਇਰੈਕਟ ਫਲਾਈਟ ਕੀਤੀ, ਉਹ ਜਿਹੜਾ ਯੂ ਨੋ ਏਅਰ ਇੰਡੀਆ ਨੂੰ ਦਿੱਤਾ. ਉੱਥੇ ਵੀ ਜਦੋਂ ਗਏ, ਪਹਿਲਾਂ ਸਾਰੇ ਵੇਟ ਕਰਦੇ ਆ, ਐਂਡ ਤੇ ਘੰਟਾ ਕੁ ਰਹਿੰਦਾ ਸੀ, ਫਿਰ ਉਹਨੇ ਲਿਸਟ ਲਗਾ ਦਿੱਤੀ ਵਾਲ ਦੇ ਉੱਤੇ. ਉਹ ਵੀ ਪ੍ਰੋਪਰਲੀ ਅਨਾਊਂਸ ਨਹੀਂ ਕੀਤਾ ਕਿ ਜਾ ਕੇ ਲਿਸਟ ਤੇ ਦੇਖੋ ਤੁਹਾਡਾ ਨੰਬਰ ਕਿਹੜਾ ਨੰਬਰ ਆ ਰਿਹਾ. ਤੇ ਲੋਕੀ ਜਦੋਂ ਫਿਰ ਕਹਿੰਦੇ ਹੁਣ ਅੰਦਰ ਚੱਲ ਸਟਾਰਟ ਕਰ ਲਓ, ਕਿਨੇ ਜਿਨ੍ਹਾਂ ਨੇ ਕੈਨੇਡਾ ਜਾਣਾ. ਫਿਰ ਜਦੋਂ ਅੱਗੇ ਜਾਂਦੇ ਸੀ, ਕਹਿੰਦੇ ਤੁਸੀਂ ਲਿਸਟ ਤੋਂ ਆਪਣਾ ਨੰਬਰ ਦੇਖਿਆ, ਫਿਰ ਲੋਕਾਂ ਨੂੰ ਵਾਪਸ ਜਾ ਕੇ ਉਹ ਨੰਬਰ ਦੇਖਣਾ ਪਿਆ. ਫਿਰ ਜਦੋਂ ਅੰਦਰ ਆਉਂਦੇ, ਪੱਪੂ ਦੇ ਵਰ ਟ੍ਰਾਇੰਗ ਰੀਲੀ ਹਾਰਡ, ਆਈ ਰਿਸਪੈਕਟ ਦਮ, ਦੇ ਵਰ ਵੈਰੀ ਕੇਅਰਿੰਗ, ਬਹੁਤ ਕੇਅਰਿੰਗ ਕਰ ਰਹੇ ਸੀਗੇ, ਪ੍ਰੋਪਰਲੀ ਕਰ ਰਹੇ ਸੀਗੇ. ਸਾਡੀ ਟੈਂਪਰੇਚਰ ਚੈੱਕ ਕੀਤੀ, ਫੋਰਮ ਲਿਖਾਏ. ਫਿਰ ਬਾਅਦ ਵਿੱਚ ਐਕਚੁਅਲੀ ਮੇਰੇ ਹਸਬੈਂਡ ਦਾ ਪਾਸਪੋਰਟ ਨੰਬਰ ਵੀ ਗਲਤ ਨਹੀਂ ਲਿਖਿਆ ਸੀਗਾ, ਬਟ ਵੀ ਸੋਰਟ ਆਊਟ ਕਰ ਲਿਆ ਰਾਈਟ ਅਵੇ. ਪਰ ਐਸ ਉਸ ਟਾਈਮ ਤੇ ਇੱਕ ਫੈਮਿਲੀ ਲਾਈਨ ਅਪ ਦੇ ਵਿੱਚ ਲੱਗੀ ਆ, ਉਸ ਟਾਈਮ ਤੇ ਉਹਨਾਂ ਨੂੰ ਉੱਥੇ ਈਮੇਲ ਉਸ ਟਾਈਮ ਤੇ ਆਈ ਕਿ ਤੁਹਾਨੂੰ, ਤੁਸੀਂ ਇਸ ਫਲਾਈਟ ਦੇ ਵਿੱਚ ਜਾਣਾ ਨਹੀਂ, ਤੁਹਾਡੀ ਕੈਂਸਲ ਹੋ ਗਈ ਸੀਟ. ਸੋ ਅੰਮ੍ਰਿਤਸਰ ਵਿਚਾਰੇ ਆਏ ਕਪਲ, ਉਹਨਾਂ ਨੂੰ ਵਾਪਸ ਜਾਣਾ ਪਿਆ. ਦੈਟ ਇਜ਼ ਓ ਏ That is bad. ਉਹਨਾਂ ਨੂੰ ਇਦਾਂ ਦਾ ਇਸ਼ੂ ਜਿਹੜਾ ਜਿਨ੍ਹਾਂ ਨੂੰ ਸਾਹਮਣੇ ਆ ਰਿਹਾ ਹੈਗਾ ਆ, ਸੋ ਦੇ ਸ਼ੁਡ ਸਪੀਕ ਅਪ ਟੂ ਕਿ ਕਿਉਂ ਉਹਨਾਂ ਦੀ ਫਲਾਈਟ ਕੈਂਸਲ ਹੋਈ ਹੈ. ਪਰ ਜਦੋਂ ਤੁਸੀਂ ਫਲਾਈਟ ਦੇ ਵਿੱਚ ਆਏ ਸੀਗੇ ਤਾਂ ਉਦੋਂ ਉੱਥੇ ਸਭ ਕੁਝ, ਜਿੱਦਾਂ ਤੁਸੀਂ ਕਿਹਾ ਟੈਂਪਰੇਚਰ ਚੈੱਕ ਹੋਇਆ, ਫਾਰਮ ਫਿਲ ਕੀਤਾ, ਫਾਰਮ ਕਿਹੜਾ ਫਿਲ ਕੀਤਾ, ਉਹਦੇ ਵਿੱਚ ਕੀ ਕੁਝ ਤੁਹਾਡੇ ਤੋਂ ਫਿਲ ਕਰਵਾਉਂਦੇ ਆ? ਅਗੇਨ ਪ੍ਰੋਬਲਮ ਕਿ ਉੱਥੇ ਫੋਰਮਸ ਪਏ, ਕੋਈ ਦੱਸ ਨਹੀਂ ਰਿਹਾ ਕਿ ਤੁਹਾਨੂੰ 2 ਭਰਨੇ ਪੈਣੇ ਆ. ਇੱਕ ਇੱਕ ਭਰਿਆ, ਅੱਗੇ ਜਾਂਦੇ ਕਹਿੰਦੇ ਤੁਸੀਂ 2 ਕਿਉਂ ਨਹੀਂ ਭਰੇ, ਵਾਪਸ ਜਾਓ ਫਿਰ ਭਰੋ. ਸੋ 2 ਭਰ ਦਿੱਤੇ, ਉੱਥੇ ਇਹੀ ਲਿਖਿਆ ਕਿ ਤੁਹਾਨੂੰ, ਤੁਸੀਂ ਕਿੱਥੇ ਜਾ ਰਹੇ, ਐਡਰੈਸ ਤੁਹਾਡਾ ਪਿਛਲਾ ਤੇ ਅਗਲਾ ਐਡਰੈਸ, ਤੇ ਤੁਹਾਨੂੰ ਕੋਈ ਸਿਮਟਮ ਤਾਂ ਨਹੀਂ, ਹੋਰ ਸੀ ਕੁਛ, ਔਰ ਟੈਂਪਰੇਚਰ ਚੈੱਕ ਕਰਦੇ ਸੀ. ਐਕਚੁਅਲੀ ਦੇ ਵਰ ਵੈਰੀ ਗੁੱਡ ਓਵਰ ਦੇਅਰ. ਸੋ ਉਹ ਕਹਿ, ਉਹਨੇ ਪਹਿਲਾਂ ਸਾਨੂੰ ਈਮੇਲ 'ਚ ਲਿਖਿਆ ਸੀ ਆਪਣਾ ਖਾਣਾ ਨਾਲ ਲੈ ਕੇ ਆਇਓ, ਬੋਟਲ ਵਾਟਰ ਲੈ ਕੇ ਆਇਓ, ਬਿਕਾਜ਼ ਸ਼ਾਇਦ ਏਅਰਪਲੇਨ ਦੇ ਵਿੱਚ ਵੀ ਕੰਮ ਹੋਵੇ ਖਾਣਾ, ਏਅਰਪੋਰਟ ਦੇ ਵਿੱਚ ਵੀ ਤੁਹਾਨੂੰ ਸਾਰਾ ਕੁਛ ਬੰਦ ਆ. ਸੋ ਸਾਰੇ ਲੋਕ ਆਪਣਾ ਖਾਣਾ ਲੈ ਕੇ ਗਏ ਸੀ, ਬੋਟਲ ਵਾਟਰ ਲੈ ਕੇ ਗਏ ਸੀ. ਉਹਨੇ ਕੋਈ ਪ੍ਰੋਬਲਮ ਨਹੀਂ ਪਾਈ ਕਿ ਤੁਸੀਂ ਪਾਣੀ ਨਹੀਂ ਲਿਜਾ ਸਕਦੇ ਅੱਗੇ. ਪਰ ਯੂ ਨੋ ਵਾਸ ਇੰਟਰਸਟਿੰਗ, ਲਾਈਨ ਅਪ ਦੇ ਵਿੱਚ ਖੜੇ ਸੀਗੇ, ਟਿਕਟ ਇਸ਼ੂ ਨੂੰ ਜਦੋਂ ਕਰ ਰਹੇ ਸੀ ਬੋਰਡਿੰਗ ਪਾਸ, ਬਲੋ ਮਾਈ ਮਾਇੰਡ. ਸਾਰਿਆਂ ਨੂੰ ਆਪਾਂ ਨੂੰ ਪਤਾ ਵੀ ਆਪਣਾ ਭਾਰ ਕਿੰਨਾ ਲਿਆ ਸਕਦੇ ਹਾਂ ਨਾ, ਕਿ 23 ਪਾਉਂਡ 23 ਕਿਲੋ ਹੁੰਦਾ. ਉੱਥੇ ਲੋਕੀ ਸੂਟਕੇਸ ਲਗਾਏ ਭਰ ਭਰ ਕੇ 25-25 ਕਿਲੋ ਦੇ. ਸੋ ਨਾ ਡਿਲੇ ਸਾਰਿਆਂ ਨੂੰ ਕਰੀ ਜਾਂਦੇ ਆ, ਤੁਹਾਨੂੰ ਪਤਾ ਆ ਤੁਸੀਂ ਕਿਉਂ, ਦੇ ਅਬਿਊਜ਼ਿੰਗ ਦ ਸਿਸਟਮ, ਹਨਾ. ਸੋ ਉਹ ਜਿਹੜੇ, ਆਈ ਫੈਲਟ ਸੋਰੀ ਫਾਰ ਦੀ ਏਜੰਟਸ, ਉਹ ਵਿਚਾਰੇ ਫਰਸਟ੍ਰੇਟਡ ਹੋਏ. ਉਹ ਕਹਿੰਦੇ ਤੁਸੀਂ ਲਿਜਾ ਨਹੀਂ ਸਕਦੇ, ਅਗੇਨ ਲਾਈਨ ਅਪ ਲੰਬੀ ਹੋ ਗਈ, ਵੇਟ ਸਾਰਿਆਂ ਨੂੰ ਕਰਨੀ ਪਈ. ਪਰ ਉੱਥੇ ਵੀ ਸੋਸ਼ਲ ਡਿਸਟੈਂਸਿੰਗ ਬਹੁਤ ਉਹ ਕਰ ਰਹੇ ਸੀਗੇ ਇੰਡੀਆ ਦੇ ਵਿੱਚ. ਕਹਿੰਦੇ ਤੁਸੀਂ ਸਪੇਸ ਛੱਡ ਕੇ ਖੜੇ ਹੋਵੋ. ਈਵਨ ਜਦੋਂ ਇਮੀਗ੍ਰੇਸ਼ਨ ਦੇ ਵੀ ਮੋਰੇ ਜਾਣਾ ਸੀ, ਸਪੇਸ ਖੜ ਕੇ, ਦੇ ਵਰ ਡੂਇੰਗ ਰੀਅਲੀ ਗੁੱਡ ਜੋਬ. That's great. ਕਿਉਂਕਿ ਇੰਡੀਆ ਚ ਸਾਨੂੰ ਸਭ ਨੂੰ ਇਹੀ ਹੁੰਦਾ ਹੈ ਕਿ ਉੱਥੇ ਸਿਸਟਮ ਨੂੰ ਫੋਲੋ ਨਹੀਂ ਕੀਤਾ ਜਾਂਦਾ, ਰੂਲਸ ਨੂੰ ਫੋਲੋ ਕੀਤਾ ਜਾਂਦਾ. ਸੋ ਤੁਹਾਡੇ ਤੋਂ ਪਤਾ, ਤੁਹਾਡੀ ਗੱਲਾਂ ਤੋਂ ਲੱਗ ਰਿਹਾ ਕਿ ਦੇ ਵਰ ਰੀਅਲੀ ਗੁੱਡ. ਪਰ ਅੰਮ੍ਰਿਤਸਰ ਤੋਂ ਬਾਅਦ ਫਿਰ ਤੁਸੀਂ ਦਿੱਲੀ ਆਏ, ਤੇ ਦਿੱਲੀ ਤੋਂ ਬਾਅਦ ਤੁਹਾਡਾ ਹਾਲਟ ਲੰਡਨ ਔਰ ਇਨ ਟੋਰਾਂਟੋ? ਸੋ ਜਦੋਂ ਅਸੀਂ ਅੰਮ੍ਰਿਤਸਰ ਤੋਂ ਫਲਾਈਟ ਦੇ ਵਿੱਚ ਬੈਠੇ, ਇਹ ਸੇਮ ਫਲਾਈਟ ਆਉਣੀ ਸੀ ਲੰਡਨ ਨੂੰ. ਸੋ ਇਹ ਜਦੋਂ ਫਲਾਈਟ ਦੇ ਵਿੱਚ ਬੈਠੇ ਆ, ਆਈ ਵਾਸ ਸੋ ਇੰਪ੍ਰੈਸਡ ਵਿਦ ਏਅਰ ਇੰਡੀਆ. I cannot believe it. Unni social distancing ki kiti ki 3-3 seatan de vich 2-2 lokan nu bitha liya. Ek middle one empty sigi. So space ho gaya. Jadon tusi baithe ha right away utthe boxes pae si jede vich unni khana rakhya si tuhanda. Hai na?
ਫਿਰ ਜਿਹੜੇ ਫਲਾਈਟ ਅਟੈਂਡੈਂਟਸ ਵੀ ਸਾਰੇ ਫੁੱਲੀ ਗੀਅਰਡ ਸੀਗੇ, ਜੇ ਤੇ ਮੇ ਬੀ ਘੰਟਾ ਲੱਗਾ ਹੋਗਾ ਅੰਮ੍ਰਿਤਸਰ ਤੋਂ ਦਿੱਲੀ ਜਾਣ ਨੂੰ। ਜਿਸ ਟਾਈਮ ਤੇ ਦਿੱਲੀ ਲੈਂਡ ਹੋਇਆ, ਰਾਈਟ ਅਵੇ ਉੱਥੇ ਸਾਰੇ ਡਰੈਸ ਅਪ ਹੋਏ ਸੀ, ਕਲੀਨ ਅਪ ਕਰਨ ਨੂੰ ਆ ਗਏ, ਗਾਰਬੇਜ ਪਿਕ ਅਪ ਕਰਨ ਨੂੰ। ਸੋ ਫਿਰ ਦੂਸਰੇ ਬੰਦਿਆਂ ਨੇ ਵੀ ਆਉਣਾ ਸੀ ਨਾ ਜਿਹੜੇ ਦਿੱਲੀ ਤੋਂ ਪਿਕ ਅਪ ਕਰ ਰਹੇ ਸੀਗੇ। ਪਰ ਅਗੇਨ ਸੋਸ਼ਲ ਡਿਸਟੈਂਸ ਰਿਮੇਨ, ਉਹਨੇ ਗੱਬੇ ਕੋਈ ਬਿਠਾ ਲਿਆ ਨਹੀਂ ਕੋਈ ਐਕਸਟਰਾ। ਤੇ ਫਿਰ ਵੀ ਖਾਣਾ 2 ਵਾਰੀ ਬਾਕਸਿਸ ਹੋਰ ਆਏ, ਸੋ ਦੇਰ ਵਾਸ ਨਫ ਫੂਡ। ਫਿਰ ਵੀ ਉਹ ਆਇਲ ਦੇ ਵਿੱਚ ਆ ਰਹੇ ਸੀ ਕਿ ਤੁਹਾਨੂੰ ਪਾਣੀ ਤਾਂ ਨਹੀਂ ਚਾਹੀਦਾ, ਪਾਣੀ ਬੋਟਲਡ ਵਾਟਰ ਦੇ ਰਹੇ ਸੀਗੇ, ਕੋਈ ਇੰਨਾ ਇਸ਼ੂ ਨਹੀਂ ਆਇਆ। ਅਸੀਂ ਲੰਡਨ ਦੇ ਵਿੱਚ ਆਏ, ਕੋਈ ਪ੍ਰੋਬਲਮ ਨਹੀਂ, ਹੀਥਰੋ ਏਅਰਪੋਰਟ ਬਿਲਕੁਲ ਐਮਟੀ ਸੀਗਾ। ਸੋ ਲੋਟਸ ਆਫ ਸਟੇਜ, ਉਹ ਵੀ ਬਹੁਤ ਕੇਅਰਿੰਗ ਸੀਗੇ, ਸਾਰਾ ਕੁਝ ਥਰੂ ਪ੍ਰੋਪਰਲੀ ਹੋ ਗਿਆ। ਜਦੋਂ ਲੱਗੇ ਲਾਈਨ ਅਪ ਕਰਨ ਏਅਰ ਕੈਨੇਡਾ ਦੇ ਵਿੱਚ ਆਉਣ ਨੂੰ, ਬਿਕਾਜ਼ ਹੁਣ ਸਾਡੀ ਫਲਾਈਟ ਆਉਣੀ ਸੀ ਲੰਡਨ ਤੋਂ ਟੋਰਾਂਟੋ, ਯੂ ਨੋ ਵਾਟ, ਲਾਈਨ ਅਪ ਚ ਖੜੇ ਆ, ਕ੍ਰੇਜ਼ੀ ਮੇਕਿੰਗ। ਤੁਸੀਂ ਕਿਉਂ ਨਹੀਂ ਅਨਾਉਂਸ ਕਰਦੇ ਕਿ ਸਾਰੇ ਬੈਠੋ, ਅਸੀਂ ਰੋ ਅਨਾਉਂਸ ਕਰਾਂਗੇ? ਉਸ ਹਿਸਾਬ ਨਾਲ ਉੱਠਿਓ ਲਾਈਨ ਅਪ ਚ, ਜਿਵੇਂ ਕੋਈ ਸੋਸ਼ਲ ਡਿਸਟੈਂਸ ਨਹੀਂ, ਕੋਈ ਕੰਪਲੇਨ ਨਹੀਂ ਕਰ, ਕਹਿ ਰਹੇ ਪਰ ਕੋਈ ਉੱਥੇ ਫੋਲੋ ਕਰਦਾ? ਫਿਰ ਪਤਾ ਲੱਗਾ ਜਦੋਂ ਲਾਈਨ ਅਪ ਦੇ ਵਿੱਚ ਖੜੇ ਸੀਗੇ ਵੀ ਇਹ ਲੋਕੀ ਕਿੱਥੋਂ ਆ ਗਏ, ਅਸੀਂ ਤਾਂ ਇੰਨੇ ਨਹੀਂ ਸੀਗੇ ਏਅਰ ਇੰਡੀਆ ਦੀ ਫਲਾਈਟ ਦੇ ਵਿੱਚ। ਜੀ ਲੱਗਾ ਉਹ ਯੂਰਪ ਤੋਂ ਵੀ ਜਿਹੜੇ ਲੋਕੀ ਆ ਰਹੇ ਸੀ ਉਹ ਵੀ ਓਕੇ ਸੇਮ ਫਲਾਈਟ ਦੇ ਵਿੱਚ ਉਹਨੇ ਸੈੱਟ ਕੀਤੇ। ਆਈ ਵਾਸ ਸੋ ਐਂਗਰੀ ਐਂਡ ਅਪਸੈਟ। ਦੇਖੋ ਸੀ, $3,400 ਪੇ ਕੀਤਾ, 3,425 ਵਰਾਵਰ ਇਸ ਫਲਾਈਟ ਦੇ। ਐਂਡ ਹੀਅਰ ਆਪਾਂ ਸਾਰਿਆਂ ਨੂੰ ਮੇਕ ਸ਼ੋਰ ਕਰ ਦਈਏ ਕਿ $2,900 ਜਿਹੜੇ ਕਹਿ ਰਹੇ ਨੇ, ਸੋ ਵਿਦ ਦ ਟੈਕਸਿਸ ਐਂਡ ਐਵਰੀਥਿੰਗ ਇਟ ਵਿਲ ਬੀ $3,400 to $3,500. ਐਗਜ਼ੈਕਟਲੀ, ਬਿਕਾਜ਼ 3,425, ਬਿਕਾਜ਼ ਬੱਸ ਦੇ ਵੀ ਟਿਕਟ ਲਏ ਆ ਨਾ, ਬੱਸ ਦਾ ਵੀ ਪੇ ਕੀਤਾ ਸੀ ਪਹਿਲੋਂ, ਰਾਈਟ? ਸਾਰਾ ਕੁਝ ਇੱਕ ਵੀਜ਼ੇ ਦਾ 2.75 ਐਡ ਕਰਕੇ 3,400 ਤੋਂ ਉੱਪਰ ਹੋ ਗਏ ਨਾ। ਸੋ ਇਸ ਕਰਕੇ ਅਸੀਂ ਇੰਨਾ ਪੇ ਕਰਕੇ, ਇੰਡੀਆ ਚ ਸਾਨੂੰ 1.5 ਹਫ਼ਤਾ ਹੋ ਗਿਆ ਸੈਲਫ ਆਈਸੋਲੇਟ ਕਰਦਿਆਂ ਨੂੰ, ਬਿਕਾਜ਼ ਕਰਫਿਊ ਸੀ ਓਬਵੀਅਸਲੀ, ਸਾਰੇ ਸੈਲਫ ਆਈਸੋਲੇਟ ਕਰ ਰਹੇ ਸੀਗੇ। ਇੰਡੀਆ ਨੇ ਬਹੁਤ ਖਿਆਲ ਕੀਤਾ ਕਿ ਸੈਲਫ, ਯੂ ਨੋ, ਸੋਸ਼ਲ ਡਿਸਟੈਂਸ ਰਵੇ। ਇੱਥੇ ਏਅਰ ਕੈਨੇਡਾ ਦੇ ਵਿੱਚ ਆਉਣ ਲੱਗੇ ਉਹੀ ਲੋਕੀ, ਉਹਨਾਂ ਨੂੰ ਮੈਂ ਪੁੱਛਿਆ ਵੀ ਕਈਆਂ ਨੂੰ, ਮੈਂ ਕਿਹਾ ਤੁਸੀਂ ਐਕਸਟਰਾ ਟਿਕਟ ਲਏ, ਯੂ ਨੋ, ਤੁਸੀਂ ਐਕਸਟਰਾ ਪੇ ਕੀਤਾ? ਉਹ ਮੈਨੂੰ ਕਹਿੰਦਾ, ਮੁੰਡਾ ਕਹਿੰਦਾ, ਨਹੀਂ ਸਾਡੇ ਤਾਂ ਸੇਮ ਫਲਾਈਟ ਜਿਹੜੀ ਪਹਿਲਾਂ ਤੋਂ ਬੁੱਕ ਉਹੀ ਆ। ਆਮ ਲਾਈਕ, ਓ ਮਾਈ ਗੋਡ, ਕੋਈ ਉਹਨੇ ਮਾਸਕ ਜਿਹਾ ਨਹੀਂ ਲਾਇਆ, ਉਦਾਂ ਹੀ ਖੜਾ। ਆਈ ਵਾਸ ਸੋ ਸ਼ੌਕ। ਜਦੋਂ ਪਲੇਨ ਦੇ ਵਿੱਚ ਆਏ ਆ ਉਹਨਾਂ ਦੀ, ਚਲ ਦੈਟਸ ਓਕੇ, ਤੁਸੀਂ ਉਹਨਾਂ ਨੂੰ ਵੀ ਲਗਾਏ, ਉਹਨਾਂ ਨੂੰ ਸੈਪਰੇਟ ਕਰ ਦਿਓ, ਉਹਨਾਂ ਨੂੰ ਡਿਫਰੈਂਟ ਸੀਟਿੰਗ ਪਲਾਨ ਦੇ ਦਿਓ, ਜਿਹੜੇ ਇੰਡੀਆ ਤੋਂ ਆਏ ਉਹਨਾਂ ਨੂੰ ਸੈਪਰੇਟ ਰੱਖੋ। ਨੋ ਸੋਸ਼ਲ ਡਿਸਟੈਂਸ ਦੇਅਰ ਐਟ ਆਲ, ਸਾਰਿਆਂ ਨੂੰ ਮਿਕਸ ਕਰਕੇ, ਕੋਈ ਅਸੀਂ ਜਿਹੜੇ ਦੋ ਦੋ ਬੈਠੇ ਸੀ ਗੱਪੇ ਲਿਆ ਕੇ ਕਿਸੇ ਹੋਰ ਨੂੰ ਬਿਠਾ ਦਿੱਤਾ, ਜਾਂ ਸਾਈਡ ਤੇ ਯੂਰਪ ਤੋਂ। ਸੋ ਆਈ ਵਾਸ ਸੋ ਅਪਸੈਟ ਐਂਡ ਐਂਗਰੀ, ਬਿਕਾਜ਼ ਹੁਣ ਮੇਰਾ ਰਿਸਕ ਨਹੀਂ ਹੋਰ ਵਧਾਤਾ। ਇੱਕ, ਮੈਂ ਪੈਸੇ ਵਾਧੂ ਪੇ ਕੀਤੇ ਆ ਇਹ ਫਲਾਈਟ ਦੇ ਵਿੱਚ ਆਉਣ ਨੂੰ, ਇੱਕ ਮੈਨੂੰ ਲੰਡਨ ਥਾਣੀ ਲੈ ਕੇ ਗਏ ਆ, ਸਿੱਧਾ ਨਹੀਂ ਲਿਜਾ ਰਹੇ, ਤੀਸਰਾ ਉਹ ਥਰਡ ਪਾਰਟੀ। ਦੇਖੋ ਯੂਰਪ ਦੇ ਵਿੱਚ ਕਿੰਨੀ ਪ੍ਰੋਬਲਮ ਵਧੀ ਆ, ਬਿਲਕੁਲ ਹਾਰਡ ਟੂ ਫਾਈਂਡ ਨੋ ਇਹ ਕਿੱਥੋਂ ਲੋਕੀ ਆਏ ਆ ਜਿਹੜੇ ਹੁਣ ਆ ਰਹੇ, ਇਹ ਕਿੰਨਾ ਕੁ ਸੈਲਫ ਆਈਸੋਲੇਟ ਕਰ ਰਹੇ ਸੀ, ਇਹ ਕਿੰਨਾ ਕੁ ਆਪਣੀ ਸੇ, ਇਹਨਾਂ ਨੂੰ ਹੈਗਾ ਕਿ ਵਾਇਰਸ ਕੀ ਨਹੀਂ, ਮੈਨੂੰ ਨਹੀਂ ਤਾਂ ਨਹੀਂ ਪਤਾ ਹੈਗਾ, ਰਾਈਟ? ਸੋ ਉਹਨਾਂ ਨੂੰ ਸਾਡੇ ਨਾਲ ਬਿਠਾਲ ਦਿੱਤਾ। ਸੋ ਐਂਡ ਆਈ ਵਾਸ ਸੋ ਅਪਸੈਟ। ਹਾਂ, ਦੇਅਰ ਸੋਸ਼ਲ ਡਿਸਟੈਂਸਿੰਗ ਗੋਨ ਗੋਨ, ਟੋਟਲੀ ਗੋਨ। ਫਿਰ ਜਿਹੜੀਆਂ ਸਟੂਡੈਂਟਸ ਔਰ ਫਲਾਈਟ ਅਟੈਂਡੈਂਟਸ ਆ, ਦੇ ਆਰ ਲਾਈਕ, ਓਕੇ, ਬਾਕਸਿਸ ਤੋਂ ਦੇ ਦਿੱਤੇ ਖਾਣੇ ਦੇ, ਜੇ ਯੂ ਨੋ ਮੇਰੇ, ਤੁਸੀਂ 3 ਜਣੇ ਬੈਠੇ ਤੋਂ ਉੱਠਿਆ ਤਾਂ ਜਾਂਦਾ ਨਹੀਂ, ਪਹਿਲਾਂ ਕਹਿੰਦੇ ਉੱਠੋ ਨਾ। ਸੋ ਦੀ ਅਦਰ ਥਿੰਗ ਇਜ਼ ਦੇ ਸੇਇੰਗ, ਡੋਂਟ ਗੈਟ ਅਪ, ਡੋਂਟ ਵਾਕ ਅਰਾਊਂਡ, ਡੋਂਟ ਲਾਈਨ ਅਪ ਟੂ ਦ ਬਾਥਰੂਮ, ਓਕੇ? ਸੋ ਬਟ ਜੇ ਕਿਸੇ ਨੇ ਰਿੰਗ ਕੀਤੀ ਕਿ ਸਾਨੂੰ ਪਾਣੀ ਤਾਂ ਦੇ ਦਿਓ, ਉਹ ਪਿੱਛੇ ਜਾ ਕੇ ਗੋ ਟੂ ਦ ਬੈਕ ਐਂਡ ਆਸਕ, ਸ਼ੀ ਵੁਡਨਟ ਇਵਨ ਬ੍ਰਿੰਗ ਦ ਵਾਟਰ, ਯੂ ਹੈਵ ਟੂ ਗੋ ਟੂ ਦ ਬੈਕ ਨਾਓ, ਵਾਟ ਇਜ਼ ਦੈਟ ਵਿਦ ਆਈਸੋਲੇਸ਼ਨ? ਇੱਕ ਤੁਸੀਂ ਕਹਿੰਦੇ ਉੱਠੋ ਨਾ, ਇੱਕ ਤੁਸੀਂ ਕਹਿੰਦੇ ਕਿ ਅਸੀਂ ਬੋਟਲ ਵਾਟਰ ਵੀ ਨਹੀਂ ਤੁਹਾਨੂੰ ਲਿਆ ਕੇ ਦੇ ਸਕਦੇ। ਇਟ ਵਾਸ ਵੈਰੀ ਯੂ ਆਰ, ਆਈ ਸਾ ਐਲਡਰਸ ਗੈਟਿੰਗ ਅਪ, ਐਂਡ ਆਈ ਐਮ ਅ ਹੈਲਥ ਕੇਅਰ ਪ੍ਰੋਵਾਈਡਰ, ਰਾਈਟ? ਆਈ ਨੋ ਇਟਸ ਲਾਈਕ ਕਿ ਹੱਥ ਕਲੀਨ ਕਰੋ, ਸੈਨੇਟਾਈਜ਼, ਵੀ ਹੈਡ ਐਵਰੀਥਿੰਗ, ਆਈ ਹੈਡ ਲਾਈਸੋ ਵਾਈਪਸ ਦੈਟ ਆਈ ਹੈਡ ਟੇਕਨ ਫਰਮ ਹੇਅਰ ਟੂ ਵਾਈਪ ਦ ਸੀਟ, ਐਵਰੀਥਿੰਗ ਬਿਫੋਰ ਵੀ ਸੈਟ। ਬਟ ਯੂ ਨੋ ਇਟਸ ਕਨਫਿਊਜ਼ਿੰਗ ਕਿ ਤੁਸੀਂ ਗਲਵ ਪਾਓ, ਕਿ ਤੁਸੀਂ ਹੱਥ ਕਿੰਨੀ ਕੁ ਵਾਰੀ ਵਾਸ਼ ਕਰੋਗੇ, ਰਾਈਟ? ਸੋ ਮੈਂ ਦੇਖਦੀ ਐਲਡਰਸ ਵਿਚਾਰੀ ਆ, ਉਹ ਤੁਰੇ ਜਾਂਦੇ, ਕਿਹਨੂੰ, ਉਹਨਾਂ ਨੂੰ ਟੱਚ ਕਰਕੇ ਜਾਣਾ, ਕਿਸੇ ਨੂੰ ਤੁਰਿਆ ਤਾਂ ਜਾਂਦਾ ਨੀਗਾ, ਕੀ ਜਗ੍ਹਾ ਪਾਈ ਸੇਫ ਹਰੇਕ ਥਾਂ ਤੇ ਟੱਚ ਕਰ ਰਹੇ ਆ।
ਯਾ ਉੱਥੇ ਸੀਟਿੰਗ ਉਨੀ ਕੀ ਸਪੇਸ ਹੈਗੀ ਹੈ ਜਿੱਥੇ ਤੁਸੀਂ ਵਾਕ ਕਰ ਰਹੇ ਹੈਗੇ ਆ, ਦੇਰ ਇਜ਼ ਲੈਸ ਸਪੇਸ, ਸੋ ਹਾਊ ਕੈਨ ਯੂ ਮੈਨੇਜ? ਐਂਡ ਫਿਰ ਉਸ ਤੋਂ ਬਾਅਦ ਤੁਹਾਡਾ ਹਾਲ ਟੋਰਾਂਟੋ ਸੀ ਔਰ ਸਿੱਧਾ ਵੈਨਕੂਵਰ? But even let me say one thing as a healthcare provider. ਇੱਕ ਹਾਂ ਦੇਖੋ ਆਪਾਂ ਨੂੰ ਜਦੋਂ ਵੀ ਕੋਈ ਟਰੈਵਲ ਕਰਦੇ ਆ ਆਪਣਾ ਹੈਲਥ ਰਿਸਕ ਵੱਧ ਜਾਂਦਾ ਪਲਮੋਨਰੀ ਐਂਬੂਲੈਂਸ ਲਈ, ਕਿ ਉਹ ਕਹਿੰਦੇ ਜਦੋਂ ਤੁਸੀਂ ਲੌਂਗ ਫਲਾਈਟ 'ਚ ਬੈਠੇ ਆ ਕਿ ਤੁਹਾਡਾ ਜਿਹੜਾ ਖੂਨ ਆ ਲੱਤਾਂ ਦੇ ਵਿੱਚ ਨੀਚੇ ਉਹ ਵੈਸਲਸ ਡਾਇਲੇਟ ਹੋ ਜਾਂਦੀਆਂ, ਕਲੈਕਟ ਹੋ ਜਾਂਦਾ, ਕਲੌਟ ਬਣ ਸਕਦੀ, 1 in 20% ਆਫ ਦ ਪੀਪਲ ਗੈਟ ਪਲਮੋਨਰੀ ਐਂਬੂਲੈਂਸ, ਇੱਕ ਪੰਜਾਂ 'ਚੋਂ ਇੱਕ ਨੂੰ ਹੋ ਜਾਣੀ ਕਲੌਟ. ਸੋ ਉਹਦੇ ਲਈ ਤੁਹਾਨੂੰ ਕੀ ਕਰਨਾ ਚਾਹੀਦਾ, ਪਾਣੀ ਜ਼ਿਆਦਾ ਪੀਵੋ, ਉੱਠ ਕੇ ਤੁਰੋ, ਉੱਠ ਕੇ ਵਾਕ ਤੁਰੋ. ਪ੍ਰਣਾਮ ਕਰੋ, ਰਾਈਟ? ਇਹ ਹੁਣ ਆਪੋਜ਼ਿਟ ਹੋ ਗਿਆ, ਸੋ ਨੈਵਰ ਸਵੈਲਿੰਗ ਮਾਈਂਡ. ਹੋ ਜਾਂਦੀ ਹੈ, ਫੀਟ ਸਵੈਲ ਹੋ ਜਾਂਦੇ ਆ ਤੁਹਾਡੇ. ਐਗਜੈਕਟਲੀ. ਸੋ ਪਾਣੀ ਪੀਣਾ ਚਾਹੀਦਾ, ਪਾਣੀ ਐਕਚੁਅਲੀ ਲੋਕੀ ਪੀਂਦੇ ਨੀਗੇ, ਡਰਦੇ ਕਿ ਸਾਨੂੰ ਵਾਸ਼ਰੂਮ ਸ਼ੇਅਰ ਕਰ ਲਈ ਸਾਰਿਆਂ ਨੇ ਜਾ ਰਹੇ ਆ, ਸੋ ਵਾਸ਼ਰੂਮ, ਸੋ ਆਪਾਂ ਉਹਨਾਂ ਦੇ ਆਪਣੇ ਰਿਸਕ ਹੋਰ ਵਧੀ ਜਾਂਦੇ ਆ ਨਾ. ਜੀ ਜੀ ਹੁਣ ਅਸੀਂ ਆ ਗਏ ਟੋਰਾਂਟੋ, ਰਾਈਟ? ਟੋਰਾਂਟੋ actually they did a very good job in Toronto, you know, they were telling people social distance, they unhe sanu generic paper ditta coronavirus de, and I am educated, mainu ni oh paper dekh ke samajh lag rahi si ki ve eh jehda social isolation kede layi aa, ki exactly karna chahida aa, ve je tode ghar de vich family hai jidhar tusi wapas ja rahe ho tuhanu ki karna chahida, koi information aisi direct ਨਹੀਂ ਸੀ, ਇੰਨੀ ਸਿੰਪਲੀਫਾਈਡ ਨਹੀਂ ਸੀ, ਕਿਸੇ ਨੇ ਸਾਨੂੰ ਆ ਕੇ ਸਪੈਸਿਫਿਕ ਨਹੀਂ ਪੁੱਛਿਆ. ਯਾ ਉਹਦੇ ਜਦੋਂ ਲਾਈਨ ਥਾਣੀ ਲੰਘ ਰਹੇ ਸੀਗੇ ਉਹ ਕਹਿੰਦੇ ਤੁਹਾਨੂੰ ਫੀਵਰ ਤਾਂ ਨਹੀਂ, ਕਾਫ ਤਾਂ ਨਹੀਂ, ਯੂ ਨੋ, ਉਹ ਸਿੰਪਲ ਕੁਐਸਚਨ ਪੁੱਛੇ, ਦੱਸ ਇਟ. ਬਟ ਵਾਟ ਵਾਸ ਨਾਈਸ ਵਾਸ ਕਿ ਉਹਨੇ ਇੰਡੀਆ ਤੋਂ ਅੰਮ੍ਰਿਤਸਰ ਤੋਂ ਸਾਡੇ ਜਿਹੜੇ ਸੂਟ ਕਹੇ ਸੀਗੇ ਡਾਇਰੈਕਟਲੀ ਬੁੱਕ ਕਰਦੇ, ਉੱਥੇ ਵੈਨਕੂਵਰ ਤੋਂ ਪਿਕਅਪ ਕਰਦੇ ਸੀ, ਤੋ ਸਾਨੂੰ ਟੋਰਾਂਟੋ ਨਹੀਂ ਪਿਕਅਪ ਕਰਨੇ. ਦੈਟ ਵਾਸ ਗੁੱਡ ਨਾ, ਕਰਕੇ ਸੋ ਮੈਂ ਸੋਚਿਆ ਕਿ ਦੈਟਸ ਓਕੇ ਇੱਥੇ ਨਹੀਂ, ਪਰ ਮੇਰੇ ਐਕਚੁਅਲੀ ਫੈਮਲੀਜ਼, ਫਰੈਂਡਸ, ਮੇਰੇ ਬੇਟੇ ਨੇ ਵੀ ਆਲਰੇਡੀ ਇੱਥੇ ਕੈਨੇਡਾ ਦੇ ਵਿੱਚ 811 ਫੋਨ ਕੀਤਾ, ਉਹਨੇ ਸਾਰਿਆਂ ਨੂੰ ਆਨਲਾਈਨ ਦੇਖਿਆ, ਉਹ ਕਹਿ ਰਹੇ ਸੀ ਕਿ ਮੰਮ ਤੁਸੀਂ ਸਾਡੇ ਘਰ ਨਹੀਂ ਆ ਸਕਦੇ ਬਿਕਾਜ਼ ਡ੍ਰੋਪਲੈਟ ਆਈਸੋਲੇਸ਼ਨ ਚਾਹੀਦੀ ਆ, ਇਹ ਜੇ ਅਸੀਂ ਸ਼ੇਅਰ ਕਰ ਰਹੇ ਹਾਂ, ਕਿਚਨ ਸ਼ੇਅਰ ਕਰ ਰਹੇ ਹਾਂ, ਤੇ ਤੁਸੀਂ ਆ ਨਹੀਂ ਸਕਦੇ. ਆਈ ਵਾਸ ਐਂਗਰੀ ਕਿ ਮੈਂ ਆਪਣੇ ਘਰ ਨਹੀਂ ਜਾ ਸਕਦੀ, ਬਟ ਦੈਟਸ ਰਿਐਲਿਟੀ ਹੈ ਨਾ. ਅਸੀਂ ਪ੍ਰਪੇਅਰ ਆਲਰੇਡੀ ਸੀਗੇ, ਆਲਰੇਡੀ ਪਲਾਨ ਕੀਤਾ ਸੀਗਾ ਕਿ ਕੀ ਕਰਨਾ ਨਾ, ਤੇ ਫਿਰ ਅਸੀਂ ਇੱਥੋਂ ਪਹਿਲਾਂ ਹੀ ਉਹਨਾਂ ਨੂੰ ਜਿਹੜੇ ਸਾਡੇ ਰਿਲੇਟਿਵ ਨਾਲ ਗਏ ਸੀਗੇ ਉਹਨਾਂ ਦੇ ਨਾਲ ਕੀਤਾ ਸੀ ਕਿ ਦੋ ਸੈਪਰੇਟ ਵਹੀਕਲ ਆਊਗੇ ਏਅਰਪੋਰਟ ਤੇ, ਤੇ ਜਦੋਂ ਆਊਗੇ ਕਿ ਇੱਕ ਜਿਹਨਾਂ ਨੇ ਸਾਨੂੰ ਲੈ ਕੇ ਆਉਣਾ ਆ ਉਹਨਾਂ ਨੇ ਵਾਪਸ ਉਹਦੇ ਵਿੱਚ ਚਲੇ ਜਾਣਾ, ਸਾਡੇ ਲਈ ਟਰੱਕ ਖੜਾ ਸੀਗਾ, ਅਸੀਂ ਚਾਰੇ ਜਣੇ ਇੱਕ ਟਰੱਕ ਦੇ ਵਿੱਚ ਆ ਗਏ ਸੀਗੇ. ਪਰ ਮੈਂ ਸੋਚਿਆ ਸੀ ਕਿ ਜਦੋਂ ਅਸੀਂ ਡੋਮੈਸਟਿਕ ਏਅਰਪੋਰਟ ਤੇ ਵੈਨਕੂਵਰ ਜਾਵਾਂਗੇ ਉੱਥੇ ਵੀ ਹੈਲਥ ਅਥਾਰਟੀਜ਼ ਹੋ ਗਏ, ਮੈਂ ਉਹਨਾਂ ਦੇ ਕੋਲ ਕਲੀਅਰਫਾਈ ਕਰੂੰਗੀ ਭਈ ਕਿਹਨਾਂ ਨੂੰ ਸਿਮਟਮ ਆ ਉਹਨਾਂ ਨੂੰ ਹੀ ਇੰਨਾ ਕੁਆਰੰਟੀ ਕਰਨਾ ਪੈਣਾ ਜਾਂ ਸਾਰਿਆਂ ਲਈ, ਬਿਕਾਜ਼ ਇਹ ਮੇਰਾ ਕੁਐਸਚਨ ਆਨਸਰ ਨਹੀਂ ਸੀ ਹੋਇਆ. ਸੋ ਜਦੋਂ ਤੁਸੀਂ ਵੈਨਕੂਵਰ ਆਏ ਹੈਗੇ ਆ ਉੱਥੇ ਤੁਹਾਡੇ ਤੋਂ ਕੁਝ ਇਨਫੋਰਮੇਸ਼ਨ ਲਈ ਗਈ ਕਿਉਂਕਿ ਬੀਸੀ ਗਵਰਨਮੈਂਟ ਨੇ ਕਰ ਦਿੱਤਾ ਹੈ ਕਿ ਤੁਹਾਨੂੰ ਹੋਰ ਫਾਰਮ ਦਿੱਤਾ ਜਾਊਗਾ ਕਿ ਸੈਲਫ ਆਈਸੋਲੇਸ਼ਨ ਪਲਾਨ ਯੂ ਹੈਵ ਟੂ ਗਿਵ ਦੈਮ ਆਲ ਦ ਪਲੈਨਿੰਗ ਕਿ ਤੁਹਾਡੀ ਪਲੈਨਿੰਗ ਕੀ ਹੈਗੀ ਹੈ. ਸੋ ਉਹ ਫਾਰਮ ਕਿਸ ਤਰ੍ਹਾਂ ਦਾ ਸੀ ਜੇ ਤੁਹਾਨੂੰ ਮਿਲਿਆ ਸੀ ਤੇ ਉੱਥੇ ਤੁਹਾਡੀ ਟੈਂਪਰੇਚਰ ਚੈੱਕ ਜਾਂ ਕਿੱਦਾਂ ਕੁਝ ਹੋਇਆ? ਨਹੀਂ, ਜੇ ਇਹ ਜਿਹੜੀਆਂ ਆਹ ਨਵੀਂ ਆਈਸੋਲੇਸ਼ਨ ਦੇ ਕੀਤੇ ਨਾ ਉਹ ਰੇਡੀਓ ਟਾਕ ਚੱਲ ਸ਼ੋ ਉਸ ਟਾਈਮ ਤੇ ਚੱਲ ਰਿਹਾ ਸੀ ਪਰ ਉਹਨੇ ਸਟਾਰਟ ਕਰਨਾ ਸੀਗਾ 2 ਦਿਨ ਬਾਅਦ. ਸੋ ਜਦੋਂ ਅਸੀਂ ਆਏ ਹਾਂ ਈਵਨ ਪਹਿਲਾਂ ਇਹ ਸਟਾਰਟ ਕਰਨ ਤੋਂ ਫੋਰਮ ਭਰਨ ਤੋਂ ਕੋਈ ਵੀ ਹੈਲਥ ਅਥਾਰਟੀ ਵਾਲਾ ਡੋਮੈਸਟਿਕ ਏਅਰਪੋਰਟ ਤੇ ਨਹੀਂ ਸੀ, ਕਿਸੇ ਨੇ ਸਾਨੂੰ ਕੁਛ ਨਹੀਂ ਪੁੱਛਿਆ. ਪਰ ਯੂ ਨੋ ਦ ਬਿਗੇਸਟ ਪਾਰਟ ਵਾਸ ਸਾਰੇ ਇਨਫੋਰਮੇਸ਼ਨ ਥੋੜੀ ਬਹੁਤੀ ਦੇ ਰਹੇ ਸੀਗੇ ਪਹਿਲਾਂ ਵੀ, ਆਪਾਂ ਵੀ ਐਕਚੁਅਲੀ ਆਪਣੇ ਫੈਮਲੀਆਂ ਨੂੰ ਫੋਨ ਕਰਕੇ ਪੁੱਛਦੇ ਸੀਗੇ, ਪਤਾ ਸੀਗਾ ਵੀ ਇੱਕ ਦੂਜੇ ਨੂੰ ਟੱਚ ਨਹੀਂ ਕਰਨਾ, ਥੋੜੀ ਡਿਸਟੈਂਸ ਰੱਖੋ. ਪਰ ਯੂ ਨੋ ਵਟ ਵਾਸ ਸੈਡ, ਵਟ ਐਕਚੁਅਲੀ ਮੈਨੂੰ ਇੰਨਾ ਗੁੱਸਾ ਆਇਆ ਤੇ ਜਦੋਂ ਮੈਂ ਦੇਖ ਰਹੀ ਸੀ ਜਿਹੜੇ ਸਾਡੇ ਨਾਲ ਆਏ ਸੀਗੇ ਪਲੇਨ ਦੇ ਵਿੱਚ, ਹੁਣ ਉਹਨਾਂ ਦੀਆਂ ਫੈਮਲੀਆਂ ਬੜੇ ਬਾਹਰ ਖੜੀਆਂ ਸੀਗੀਆਂ, ਉਹ ਇੱਕ ਦੂਜੇ ਨੂੰ ਹੱਗ ਕਰਨ ਲੱਗੇ ਆ, ਇੱਕ ਦੂਜੇ ਨੂੰ ਹੱਗ ਕਰਨ ਲੱਗੇ ਆ ਤੇ ਉਹ ਇਕੱਠੇ ਤੁਰੇ ਜਾਂਦੇ ਆ, ਉਹ ਕਿੱਥੇ ਚਲੇ ਗਈ ਆਈਸੋਲੇਸ਼ਨ? ਹਨਾ, ਇਟ ਡਸਨਟ ਮੇਕ ਸੈਂਸ. And there was nobody to tell them ki tusi idda nahi kar sakde ja tusi you can't take them home. No, nobody at all. It was sad, but luckily jado assi ta apna proper precautions laye sige, assi truck de vich aa rahe si, fm radio chal reha siga, ode vich ehi talk show ho reha siga. Again I took the initiative, main phone line te unna nu phone kita
ਮੈਂ ਕਿਹਾ ਹੈਲੋ ਜੇ ਤੁਸੀਂ ਤੁਸੀਂ ਕਿਉਂ ਨਹੀਂ ਲੋਕਾਂ ਨੂੰ ਦੱਸ ਰਹੇ ਜਿਹੜੇ ਆ ਰਹੇ ਆ ਜਾਂ ਆਹ ਕੁਛ ਅਸੀਂ ਦੇਖ ਰਹੇ ਹਾਂ, ਤੁਹਾਡੇ MPs ਜਾਂ ਜਿਹੜੇ ਇੱਥੇ ਟਾਕ ਸ਼ੋਅ ਕਰ ਰਹੇ ਆ ਉਹ ਡਿਫਰੈਂਟ ਇਨਫੋਰਮੇਸ਼ਨ ਦੇ ਰਹੇ ਆ, ਰਿਐਲਿਟੀ ਦੇ ਵਿੱਚ ਡਿਫਰੈਂਟ ਆ। ਸੋ ਸ਼ੋਰ ਹੁਣ ਇਹਨੀ ਚੇਂਜਸ ਕਰ ਦਿੱਤੀਆਂ ਅੱਜ ਔਰ ਕੱਲ ਸ਼ਾਮ ਤੋਂ ਸ਼ੁਰੂ ਹੋਇਆ, ਜਿਹੜੇ ਉਹਨੇ ਪੇਪਰ ਲਗਾਤੇ ਆ ਜਦੋਂ ਆਉਣਾ ਤੁਹਾਨੂੰ ਭਰਨੇ ਪੈਣੇ ਤੁਹਾਡੇ, ਪਰ ਜਿਹੜੇ 2 ਦਿਨ ਪਹਿਲਾਂ ਆ ਗਏ ਜਾਂ 3 ਦਿਨ ਪਹਿਲਾਂ ਆ ਗਏ ਉਹਨਾਂ ਦੀ ਕੀ ਫਾਲੋ ਅਪ ਕਰ ਰਹੇ ਆ, ਉਹ ਤਾਂ ਕੋਈ ਦੱਸ ਐਂਡ ਦੇਗਾ। ਬਿਲਕੁਲ, ਤੇ ਤੁਸੀਂ ਜਦੋਂ ਆਏ ਤਾਂ ਯੂ ਆਰ ਐਟ ਯੂਅਰ ਹੋਮ ਔਰ ਯੂ ਆਰ ਲਿਵਿੰਗ ਸੈਪਰੇਟਲੀ? ਨੋ ਨੋ, ਬਿਕਾਜ਼ ਇਨ ਮਾਈ ਹਾਊਸ ਜਿਵੇਂ ਸਾਡਾ ਘਰ ਸੈਟਅਪ ਆ, ਕੋਈ ਸਾਡੀ ਵੀ ਵੁੱਡ ਹੈਵ ਬੀਨ 2 ਫਲੋਰਸ ਯਾ, ਵੀ ਕੁਡ ਹੈਵ ਸਟੇਡ ਇਨ ਆਰ ਰੂਮ, ਬਾਥਰੂਮ ਹੈਗਾ ਏਰੀਆ, ਲਿਵਿੰਗ ਏਰੀਆ, ਬਟ ਕਿਚਨ ਵੀ ਹੈਡ ਟੂ ਸ਼ੇਅਰ। ਸੋ ਹੁਣ ਜਿਹੜੇ ਸਾਡੇ ਨਾਲ ਸਾਡੇ ਰਿਸ਼ਤੇਦਾਰ, ਮੇਰੀ ਚਾਚੀ ਜੀ ਤੇ ਉਹਨਾਂ ਦਾ ਬੇਟਾ ਸੀਗਾ, ਲੱਕਲੀ ਉਹਨਾਂ ਦੇ ਘਰ ਦੇ ਵਿੱਚ ਇੱਕ ਸਵੀਟ ਖਾਲੀ ਐਮਟੀ ਸੀਗੀ ਸਾਈਡ ਤੇ, ਤੇ ਇੱਕ ਉਹਨਾਂ ਦਾ ਰੈਕ ਰੂਮ ਤੇ ਵਾਸ਼ਰੂਮ ਸੈਪਰੇਟ। ਸੋ ਉਹਨਾਂ ਨੇ ਸਾਡਾ ਪਹਿਲਾਂ ਹੀ ਸਾਰਾ ਕੁਝ ਪ੍ਰੈਪਰੇਸ਼ਨ ਕੀਤਾ ਸੀਗਾ, ਸਭ ਕੁਝ ਰੈਡੀ ਸੀ, ਅਸੀਂ ਆਪਣੇ ਵਹੀਕਲ ਦੇ ਉਹਨਾਂ ਦੇ ਵਹੀਕਲ ਚ ਆ ਕੇ ਗਰਾਜ ਦੇ ਵਿੱਚ ਸਾਰਾ ਕੁਝ ਸਮਾਨ ਰੱਖਿਆ, ਅੰਦਰ ਵੀ ਨਹੀਂ ਲਿਆਂਦਾ, ਤੇ ਬੈਕ ਡੋਰ ਥਾਣੀ ਉੱਥੇ ਆਏ ਆ। ਸੋ ਉਹਨਾਂ ਦੇ ਨਾਲ ਕੋਈ ਟੱਚ ਨਹੀਂ ਕਿਸੇ ਨੂੰ ਕੀਤਾ, ਕੋਈ ਸਾਨੂੰ ਕਿਸੇ ਨੇ ਹੱਗ ਨਹੀਂ ਕੀਤਾ, ਈਵਨ ਡਿਸਟੈਂਸ ਤੋਂ ਹੀ ਅਗੇਨ 6-7 ਫੁੱਟ ਦੂਰ ਤੋਂ ਹੀ ਗੱਲਾਂ ਬਾਤਾਂ ਕਰ ਰਹੇ, ਉਹ ਸਾਡਾ ਖਾਣਾ ਬਣਾ ਕੇ ਸਾਨੂੰ ਦੇ ਦਿੰਦੇ, ਪਰ ਸਾਡੇ ਕੋਲ ਵੀ ਐਕਚੁਅਲੀ ਪੂਰੀ ਗਰੋਸਰੀ ਹੈ ਹੀ, ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਇਹ ਕੁਝ ਅਸੀਂ ਕਰ ਰਹੇ ਹਾਂ, ਪਰ ਮੈਂ ਗਾਰੰਟੀ ਕਰਦੀ ਹਾਂ ਕਿ ਜਿੰਨੇ ਲੋਕੀ ਉੱਥੋਂ ਆਏ ਇਹ ਕੁਝ ਨਹੀਂ ਕਰਦੇ, ਇਹ ਵੀ ਥੋੜੇ ਕਰਦੇ ਹੋਏ, ਪਰ ਮੈਂ ਗਾਰੰਟੀ ਕਰਦੀ ਕਿ ਇਹ ਕੁਝ ਨਹੀਂ ਹੋ ਰਿਹਾ। ਬਹੁਤ ਲੋਕੀ ਜੋ ਮੈਂ ਦੇਖ ਰਹੀ ਸੀਗੀ, ਮੈਨੂੰ ਪਤਾ ਸੀਗਾ ਕਿ ਉਹ ਆਪਣੀਆਂ ਫੈਮਿਲੀਆਂ ਦੇ ਨਾਲ ਘਰ ਜਾ ਰਹੇ ਆ। ਆਰ ਯੂ ਇਨ ਗੁੱਡ ਹੈਲਥ ਐਂਡ ਐਵਰੀਥਿੰਗ? ਤੁਹਾਡੀ ਸਾਰੀ ਫੈਮਿਲੀ ਦੇ ਵਿੱਚ ਕਿਸੇ ਨੂੰ ਕੋਈ ਸਿੰਪਟਮ ਨਹੀਂ ਹੈਗਾ? ਨੋ, ਵੀ ਆਰ ਪਰਫੈਕਟਲੀ ਫਾਈਨ, ਕੋਈ ਸਿੰਪਟਮ ਨਹੀਂ ਹੈਗਾ, ਬਟ ਵੀ ਆਰ ਵੈਰੀ ਆਲਸੋ ਕੰਸਰਨਡ ਟੂ। ਹੁਣ ਵੀ ਜਦੋਂ ਬਾਹਰ ਨਿਕਲਦੇ ਆ, ਬਾਅਦ ਵਿੱਚ ਹੈਂਡ ਸੈਨੇਟਾਈਜ਼ਰ ਆ, ਈਵਨ ਮੇਕ ਸ਼ੋਰ ਕਰਦੇ ਜੋ ਵਾਕ ਅਰਾਊਂਡ ਕਰ ਰਹੇ ਆ ਘਰ ਦੇ ਵਿੱਚ ਜਿਹੜੀ ਆ ਪਿੱਛੇ ਬੈਕਯਾਰਡ ਤੇ ਉੱਥੇ ਹੀ ਕਰ ਰਹੇ ਆ। ਈਵਨ ਆਰ ਡੋਗਸ ਕੇਮ ਟੂ ਵਿਜ਼ਿਟ ਅਸ, ਉਹਨੂੰ ਵੀ ਅਸੀਂ ਯੂ ਨੋ ਡਿਸਟੈਂਸ ਤੋਂ ਹੀ ਦੇਖ ਰਹੇ ਆ, ਯੂ ਨੋ। ਸੋ ਇਸ ਕਰਕੇ ਇਹ ਇਹ ਕੁਝ ਸਾਨੂੰ ਕਰਨਾ ਹੀ ਪੈਣਾ, ਇਸ ਫੋਰ ਆਰ ਸੇਫਟੀ, ਦੇਅਰ ਸੇਫਟੀ, ਬਿਕਾਜ਼ ਅਜੇ ਤੋਂ ਅਜੇ ਸਾਨੂੰ 3 ਦਿਨ ਹੋਏ ਆ, ਵੀ ਇਟ ਕੈਨ ਬੀ 10 ਡੇਸ 12 ਡੇਸ ਜਦੋਂ ਕੋਈ ਸਿੰਪਟਮ ਆਣੇ ਆ, ਵੀ ਡੋਨਟ ਨੋ। 14 ਡੇਸ ਯਾ ਯਾ। ਸੋ ਸਾਰਾ ਕੋਈ ਤੁਹਾਡੀਆਂ ਗੱਲਾਂ ਸੁਣਨ ਤੋਂ ਬਾਅਦ ਇਹ ਲੱਗ ਰਿਹਾ ਹੈਗਾ ਕਿ ਹੋਰ ਜਿਹੜੀ ਗਵਰਨਮੈਂਟ ਨੂੰ ਹੈਗੀ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈਗੀ ਹੈ। ਦੈਟਸ ਨਾਟ ਇਨਫ, ਜੋ ਕੁਛ ਉਹ ਕਰ ਰਿਹਾ ਦੈਟ ਇਜ਼ ਟੋਟਲੀ ਨਾਟ ਇਨਫ। ਸੋ ਲੋਕ ਬਹੁਤ ਜ਼ਿਆਦਾ ਹਜੇ ਰਹਿ ਗਏ ਆ ਪਿੱਛੇ ਇੰਡੀਆ ਦੇ ਵਿੱਚ ਬੈਠੇ ਹੈਗੇ ਆ ਜਿਹੜੇ ਅਫੋਰਡ ਨਹੀਂ ਕਰ ਸਕਦੇ। ਸੋ ਫਾਈਨੈਂਸ਼ੀਅਲ ਕ੍ਰਾਈਸਿਸ ਤਾਂ ਹੈਗਾ ਹੀ ਆ, ਹੈਲਥ ਕ੍ਰਾਈਸਿਸ ਵੀ ਆ ਜਾਏਗਾ ਜੇ ਅਸੀਂ ਮੇਨਟੇਨ ਨਾ ਕੀਤਾ ਡਿਸਟੈਂਸ। ਸੋ ਕੁੱਲ ਮਿਲਾ ਕੇ ਤੁਸੀਂ ਗਵਰਨਮੈਂਟ ਨੂੰ ਕੀ ਕਹਿਣਾ ਚਾਹੁੰਦੇ ਹੈਗੇ ਆ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੁਣ, ਜਿਹੜੇ ਲੋਕ ਘਰ ਆ ਚੁੱਕੇ ਆ ਜਿਨ੍ਹਾਂ ਨੂੰ ਤੁਸੀਂ ਦੇਖਿਆ ਆ ਕਿ ਉਹ ਹੱਕ ਕਰ ਰਹੇ ਆ, ਤੇ ਉਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਕੱਲ ਨੂੰ ਕੰਮ ਤੇ ਵੀ ਜਾ ਰਹੇ ਹੈਗੇ ਆ, ਕੰਮ ਦੇ ਉੱਤੇ ਵੀ ਲੋਕ ਹੋਰ ਲੋਕਾਂ ਦੇ ਨਾਲ ਮਿਲ ਰਹੇ ਹੈਗੇ ਆ, ਟੈਸਟਿੰਗ ਵੀ ਸਾਰਿਆਂ ਦੀ ਨਹੀਂ ਹੋ ਰਹੀ? ਵਨ ਮੋਰ ਕੁਐਸਚਨ ਕਿ ਹਰ ਕੋਈ ਕਿਸੇ ਦਾ ਟੈਸਟ ਨਹੀਂ ਹੋ ਰਿਹਾ ਹੈਗਾ ਆ, ਐਵਰੀ ਸਿੰਗਲ ਪਰਸਨ ਦਾ। ਸੋ ਇਹ ਮਿਲਾ ਕੇ ਤੁਸੀਂ ਆਪਣੇ ਵੱਲੋਂ ਕੀ ਕਹਿਣਾ ਚਾਹੁੰਦੇ ਆ ਗਵਰਨਮੈਂਟ ਨੂੰ ਤਾਂ ਕਿ ਉਹ ਆਪਣੀ ਵੌਇਸ ਹਰਡ ਕਰਨ? ਯੂ ਨੋ, ਪਹਿਲੀ ਗੱਲ ਤਾਂ ਕਿ ਇਹ ਮੈਂ ਪੇਪਰ ਨਹੀਂ ਦੇਖੇ ਜਿਹੜੇ ਉਹਨਾਂ ਨੇ ਬਣਾਏ ਆ ਕਿ ਕੀ ਉਹਦੇ ਉੱਤੇ ਲਿਖਿਆ ਫੋਰਮ ਸੀ। ਮੈਂ ਤਾਂ ਮੈਡੀਕਲ ਦੇ ਵਿੱਚ ਕੰਮ ਕਰਦੀ, ਮੈਨੂੰ ਪਤਾ ਕਿ ਅਸੀਂ ਫੋਰਮ ਬਣਾਏ ਦੇ ਆ, ਉਹਨੂੰ ਕਹਿੰਦੇ ਐਲਗੋਰਿਦਮ ਜਾਂ ਫਲਿਪ ਜਾਂ ਫਲੋ ਚਾਰਟ ਕਹਿ ਲਓ, ਉਹ ਸਿੰਪਲ ਬਣਾਇਆ ਜਾਵੇ ਇੱਕ ਪੇਜ ਦਾ। ਫੋਰ ਐਗਜ਼ਾਮਪਲ ਕਿ ਤੁਸੀਂ ਟਰੈਵਲ ਕਰ ਰਹੇ ਆ, ਟਰੈਵਲ ਕਰਕੇ ਕੀ ਤੁਹਾਨੂੰ ਕੋਈ ਸਿੰਪਟਮ ਹੈਗਾ ਜਾਂ ਨਹੀਂ, ਜਾਂ ਤੁਸੀਂ ਜਦੋਂ ਘਰ ਜਾ ਰਹੇ ਇਕੱਲੇ ਤੁਸੀਂ ਘਰ 'ਚ ਆਪਣੇ 'ਚ ਰਹਿਣਾ ਜਾਂ ਹੋਰ ਲੋਕੀ ਵੀ ਰਹਿ ਰਹੇ ਆ, ਜੇ ਹੋਰ ਲੋਕੀ ਰਹਿ ਰਹੇ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ, ਜੇ ਤੁਹਾਨੂੰ ਗਰੋਸਰੀ ਦੀ ਲੋੜ ਆ ਕੀ ਕਰਨਾ, ਸਾਰਾ ਇੱਕ ਪੇਜ ਤੇ ਸਿੰਪਲਫਾਈਡ ਕਰ ਦਿਓ, ਪੰਜਾਬੀ ਚ ਬਣਾ ਦਿਓ, ਇੰਗਲਿਸ਼ ਚ ਬਣਾ ਦਿਓ, ਕਿ ਉਹ ਜਿਹੜੀ ਫੈਮਿਲੀਜ਼ ਨੂੰ ਵੀ ਨਹੀਂ ਇੰਨਾ ਪਤਾ, ਉਹਨਾਂ ਨੂੰ ਵੀ ਇਹ ਦੇਖ ਕੇ ਪਤਾ ਲੱਗੇ ਹਾਂ ਹੁਣ ਆਹ ਅਸੀਂ ਰੂਟ ਲੈ ਰਹੇ ਹਾਂ, ਕਿਉਂ ਕਿੰਨਾ ਈਜ਼ੀਅਰ ਹੋ ਜਾਊਗਾ ਇਨਸਟੈਡ ਆਫ ਰਿਲਾਇੰਗ ਔਨ ਅਦਰਸ, ਹਨਾ। ਕੋਈ ਇੱਥੇ ਇੰਨਾ ਕਲੈਰਿਟੀ ਕੋਈ ਵੀ ਹੈ ਨਹੀਂ, ਸਾਰੇ ਟੀਵੀ ਤੇ ਗੱਲਾਂ ਕਰ ਰਹੇ ਆ, ਸਾਰੇ ਪਾਸੇ ਚੱਲਿਆ, ਆਨਲਾਈਨ ਵੀ ਮੈਂ ਜਾ ਕੇ ਦੇਖਿਆ ਵੀ ਇੰਨੀ ਕਲੈਰਿਟੀ ਨਹੀਂ ਹੈਗੀ ਕਿ ਜੇ ਮੈਂ ਘਰ ਜਾਵਾਂ, ਜੇ ਮੇਰੇ ਘਰ ਦੇ ਨਾਲ ਬੱਚੇ ਆ, ਕੀ ਪ੍ਰਿਕਾਸ਼ਨਸ ਲੈਣੇ ਚਾਹੀਦੇ ਆ। ਜੇ ਹੁਣ ਕਹਿ ਰਹੇ ਆ ਕਿ ਜੇ ਘਰ ਤੁਸੀਂ ਜਾ ਰਹੇ ਹੋ ਹੋਰ ਕੋਈ ਹੈ ਨਹੀਂ ਗਾ, ਫਿਰ ਜਾ ਸਕਦੇ, ਜੇ ਹੈਗਾ ਆ ਤੇ ਫਿਰ ਤੁਹਾਨੂੰ ਹੋਰ ਕਿਤੇ ਰਹਿਣਾ ਪਊਗਾ, ਹੋਰ ਕਿਤੇ ਕਿੱਥੇ ਰਹਿਣਾ। ਹੁਣ ਕਹਿ ਰਹੇ ਆ ਕਿ ਉਹਨਾਂ ਲਈ ਸੈਟਅਪ ਕਰੋਗੇ, ਦੈਟਸ ਗੁੱਡ, ਦੈਟਸ ਵੈਰੀ ਗੁੱਡ ਕਿ ਕਰ ਰਹੇ ਆ। ਪਰ ਕੰਸਰਨ ਇਹ ਹੈ ਕਿ ਜਿਹੜੇ ਪਹਿਲਾਂ ਆ ਚੁੱਕੇ ਨੇ, ਪਹਿਲਾਂ ਜਿਹੜੇ 1 ਅਪ੍ਰੈਲ ਤੋਂ ਲੈ ਕੇ 10 ਅਪ੍ਰੈਲ ਤੱਕ ਆ ਚੁੱਕੇ ਨੇ, ਉਹਨਾਂ ਦੀ ਵੀ ਇਨਫੋਰਮੇਸ਼ਨ ਸਾਡੇ ਖਿਆਲ ਨਾਲ ਗੈਦਰ ਕਰਨੀ ਚਾਹੀਦੀ ਹੈ ਕਿ ਕੌਣ ਕੌਣ ਆ ਰਿਹਾ ਤੇ ਕਿਹੜੇ ਹਾਲਾਤ ਦੇ ਵਿੱਚ ਰਹਿ ਰਿਹਾ।
they have the information because ਜੇ ਉਹ ਇੱਥੇ ਵੈਨਕੂਵਰ ਨਹੀਂ ਉਤਰੇ ਉਹ ਟੋਰਾਂਟੋ ਉਤਰੇ ਉਹਨਾਂ ਨੇ ਫੋਰਮ ਭਰਾਇਆ ਫੋਰਮ ਦੇ ਉੱਤੇ ਲਿਖਿਆ ਤੁਸੀਂ ਕਿੱਥੇ ਰਹਿ ਰਹੇ ਆ ਸੋ ਦੇ ਹੈਵ ਦ ਇਨਫੋਰਮੇਸ਼ਨ ਦੇ ਹੈਵ ਟਰੈਵਲਰਸ ਇਨਫੋਰਮੇਸ਼ਨ ਪਰ ਆਈ ਥਿੰਕ ਇਟਸ ਵੈਰੀ ਇੰਪੋਰਟੈਂਟ ਕਿ ਉਹਨਾਂ ਦੇ ਨਾਲ ਫੋਲੋ ਅਪ ਕਰਨੀ ਚਾਹੀਦੀ ਆ ਕਰਨੀ ਚਾਹੀਦੀ ਹੈ ਬਿਲਕੁਲ ਆਪਾਂ ਨੂੰ ਵੀ ਸੇਫ ਰਹਿਣ ਬਿਕਾਜ਼ ਮੇਰੇ ਬੱਚੇ ਕਹਿ ਰਹੇ ਸੀਗੇ ਮਾਮ ਘਰ ਨਹੀਂ ਆ ਸਕਦੀ ਜੇ ਤੂੰ ਘਰ ਆਈ ਸਾਨੂੰ ਵੀ 2 ਹਫ਼ਤੇ ਘਰ ਰਹਿਣਾ ਪੈਣਾ ਰਾਈਟ ਅਸੀਂ ਤੇ ਕੰਮਾਂ ਤੇ ਨਹੀਂ ਜਾ ਸਕਦੇ ਪਰ ਇਹ ਤਾਂ ਅਸੀਂ ਫੋਰਵਰਡ ਥਿੰਕਿੰਗ ਕਰ ਰਹੇ ਸੀਗੇ ਪੁਸ਼ ਕਰ ਰਹੇ ਸੀਗੇ ਪਰ ਕਿੰਨੇ ਲੋਕੀ ਨਹੀਂ ਕਰ ਸਕਦੇ ਉਹਨਾਂ ਨੂੰ ਨਹੀਂ ਪਤਾ ਇਹਦੇ ਬਾਰੇ ਸੋ ਇਸ ਕਰਕੇ ਕਿਉਂ ਨਾ ਤੁਸੀਂ ਮੀਡੀਆ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ MPs ਨਾਲ ਗੱਲਾਂ ਕਰ ਰਹੇ ਆ ਕਿਉਂ ਨਾ ਕੋਈ ਕ੍ਰੀਏਟਿਵ ਵੇ ਆਪਾਂ ਕਰੀਏ ਪੇਪਰ ਆਪਾਂ ਫਲੋ ਚਾਰਟ ਬਣਾ ਕੇ ਸਾਰਿਆਂ ਨੂੰ ਦੱਸੀਏ ਕਿ ਦੇਖੋ ਜੇ ਤੁਸੀਂ ਘਰ ਆਉਣਾ ਆ ਆਹ ਕਰੋ ਜੇ ਤੁਹਾਨੂੰ ਆਹ ਚੀਜ਼ ਦੀ ਲੋੜ ਆ ਆਹ ਨੰਬਰ ਫੋਨ ਕਰੋ ਹਨਾ ਜੇ ਤੁਹਾਨੂੰ ਨਹੀਂ ਤੁਹਾਡੇ ਕੋਲ ਸਪੇਸ ਹੈਗਾ ਰਹਿਣ ਨੂੰ ਤੁਸੀਂ ਨਹੀਂ ਅਫੋਰਡ ਕਰ ਸਕਦੇ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਮਿਸ ਕੁਮਨ ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਟਰਾਈ ਕਰਾਂਗੇ ਕਿ ਇਹ ਇਨਫੋਰਮੇਸ਼ਨ ਸਾਡੇ ਲੋਕਲ MPs ਤੱਕ MLAs ਤੱਕ ਪਹੁੰਚਾਈ ਜਾਵੇ ਤਾਂ ਕਿ ਉਹ ਅੱਗੇ ਗਵਰਨਮੈਂਟ ਤੱਕ ਪਹੁੰਚਾਉਣ ਕਿ ਕੀ ਕੁਝ ਹੋ ਰਿਹਾ ਤੇ ਉਹਨਾਂ ਨੂੰ ਹੋਰ ਕੀ ਕੁਝ ਸਟੈਪ ਲੈਣੇ ਚਾਹੀਦੇ ਹੈਗੇ ਇੱਕ ਮੈਂ ਕਹਿ ਸਕਦੀ ਸੋਰੀ 2 ਕਮੈਂਟ ਕਰ ਸਕਦੀ ਹਾਂ ਕਿ ਜਿਹੜਾ ਇਹ ਸਿਸਟਮ ਆਲਰੇਡੀ ਕਰ ਰਹੇ ਆ ਨਾ ਆਮ ਵੈਰੀ ਥੈਂਕਫੁਲ ਕਿ ਕੀਤਾ ਉਸ ਦੇ ਕਾਰਨ ਅਸੀਂ ਇੱਥੇ ਪਹੁੰਚ ਗਏ ਆਮ ਵੈਰੀ ਥੈਂਕਫੁਲ ਡੋਂਟ ਗੈਟ ਮੀ ਰੋਂਗ ਪਰ ਉਹ ਜਿਹੜਾ ਸਿਸਟਮ ਆ ਉਹ ਸਾਰਿਆਂ ਲਈ ਵਰਕ ਨਹੀਂ ਕਰ ਰਿਹਾ ਇੱਕ ਹੋਰ ਸਾਡੇ ਰਿਸ਼ਤੇਦਾਰ ਉਹਨਾਂ ਦੇ ਨੋਨ ਟਿਕਟ ਸੀਗੇ ਉਹ ਉਹਨਾਂ ਨੂੰ ਫਿਰ ਮੈਂ ਦੱਸਿਆ ਵੀ ਤੁਸੀਂ ਇਸ ਬੰਦੇ ਨਾਲ ਕੰਟੈਕਟ ਕਰੋ ਇਹਨੇ ਮੇਰਾ ਕੰਮ ਕਰਾਇਆ ਸੀਗਾ ਵੁੱਡ ਯੂ ਬਲੀਵ ਉਹਨਾਂ ਦਾ ਸਾਰਾ ਦਿਨ ਲੱਗ ਗਿਆ ਇਹ ਪੇਮੈਂਟ ਕਰਨ ਨੂੰ ਥਰੂ ਬੀ ਕਾਰਡ ਉਹਨੇ ਕ੍ਰੈਡਿਟ ਕਾਰਡ ਟਰਾਈ ਕੀਤੇ ਡਿਫਰੈਂਟ ਵਨਸ ਫਰੋਮ ਕੈਨੇਡਾ ਇਨ ਇੰਡੀਆ ਐਟ ਦੀ ਐਂਡ ਇੱਕ ਕੰਮ ਕੀਤਾ ਸੋ ਜੇ ਇੰਨੀ ਪ੍ਰੋਬਲਮ ਕੌਣ ਇੱਦਾਂ ਆਜੂਗਾ ਹਨਾ ਸੋ ਜੇ ਤੁਸੀਂ ਇੱਥੋਂ ਸੈਟਅਪ ਕਰ ਫਸਟ ਆਫ ਆਲ ਡਾਇਰੈਕਟ ਫਲਾਈਟਸ ਕਰੋ ਜਦੋਂ ਅਸੀਂ 3500 ਪੇ ਕਰ ਰਹੇ ਹਾਂ ਡਾਇਰੈਕਟ ਫਲਾਈਟ ਸ਼ੁੱਡ ਬੀ ਏਬਲ ਟੂ ਕਵਰ ਏਅਰ ਇੰਡੀਆ ਸੋ ਟੋਰਾਂਟੋ ਹੈ ਉਹ ਵੈਨਕੂਵਰ ਇਟ ਡਸਨਟ ਹੈਵ ਟੂ ਬੀ ਵੈਨਕੂਵਰ ਟੋਰਾਂਟੋ ਲਾ ਪਰ ਤੁਸੀਂ ਸਾਡਾ ਰਿਸਕ ਘਟਾ ਰਹੇ ਹਾਂ ਹਨਾ ਸੋ ਲੰਡਨ ਚ ਨਹੀਂ ਜਾ ਫਿਰ ਤੁਸੀਂ ਲੰਡਨ ਚ ਸਾਨੂੰ ਮਿਕਸ ਕਰੀ ਜਾਂਦੇ ਆ ਯੂਰੋਪੀਅਨ ਦੇ ਨਾਲ ਉਹਨਾਂ ਦਾ ਰਿਸਕ ਡਿਫਰੈਂਟ ਆ ਸਾਡਾ ਪਿੱਛੋਂ ਡਿਫਰੈਂਟ ਆ ਤੁਸੀਂ ਸਾਡੇ ਰਿਸਕ ਵਧਾ ਰਹੇ ਹਾਂ ਸੋ ਜੇ ਤੁਸੀਂ ਉਹ ਪੇਮੈਂਟ ਪਲਾਨ ਵੀ ਇੱਥੋਂ ਕੁਝ ਸੈਟਅਪ ਕਰ ਦਿਓ ਇੱਥੋਂ ਸਾਰਿਆਂ ਦੀ ਫੈਮਿਲੀਜ਼ ਹੈਗੀਆਂ ਆ ਉਹ ਇੱਥੋਂ ਵੀ ਪੇਮੈਂਟ ਕਰ ਸਕਦੇ ਪਿਛਲਿਆਂ ਨੂੰ ਨਾ ਇੰਨਾ ਸਟ੍ਰੈਸ ਕਰੋ ਉੱਥੇ ਬਹੁਤ ਸਟ੍ਰੈਸ ਹੋ ਰਿਹਾ ਇਹ ਵੀ ਨਹੀਂ ਹੈ ਕਿ ਫੈਸਿਲਿਟੀ ਨਹੀਂ ਡਾਇਰੈਕਟ ਫਲਾਈਟਸ ਆਉਂਦੀਆਂ ਨੇ ਸੋ ਜਿਹੜੀਆਂ ਡਾਇਰੈਕਟ ਫਲਾਈਟਸ ਆਉਂਦੀਆਂ ਨੇ ਉਹੀ ਡਾਇਰੈਕਟ ਫਲਾਈਟਸ ਜਿਹੜੀਆਂ ਨੇ ਉਹ ਦੁਬਾਰਾ ਚਲਾਈਆਂ ਜਾਣ ਤਾਂ ਕਿ ਚਾਹੇ ਉਹ ਦਿੱਲੀ ਤੋਂ ਜਿੱਦਾਂ ਤੁਸੀਂ ਕਿਹਾ ਕਿ ਅੰਮ੍ਰਿਤਸਰ ਤੋਂ ਦਿੱਲੀ ਬਹੁਤ ਵਧੀਆ ਤਰੀਕੇ ਨਾਲ ਲੈ ਕੇ ਆਉਂਦੇ ਆ ਸੋ ਦਿੱਲੀ ਤੋਂ ਸਿੱਧੀ ਫਲਾਈਟ ਜਾਂ ਤਾਂ ਟੋਰਾਂਟੋ ਆਉਣੀ ਚਾਹੀਦੀ ਹੈ ਤੇ ਜਾਂ ਸਿੱਧੀ ਫਲਾਈਟ ਵੈਨਕੂਵਰ ਆਉਣੀ ਚਾਹੀਦੀ ਹੈ ਦੇਖੋ ਅਸੀਂ ਐਡ ਅਪ ਕੀਤਾ ਸਾਡੇ 42 ਘੰਟੇ ਲੱਗੇ ਜਦੋਂ ਤੁਸੀਂ ਘਰ ਤੋਂ ਚੱਲੇ ਆ ਤੇ ਇੱਥੇ ਘਰ ਚ ਪਹੁੰਚੇ ਆ 42 hours ਆਪਣੇ ਲਈ ਤਾਂ ਠੀਕ ਆ ਪਰ ਸਿਆਣਿਆਂ ਨੂੰ ਕੋਲ ਕਿੰਨਾ ਔਖਾ ਆ ਜਦੋਂ ਮੈਂ ਪਲੇਨ ਚ ਬੈਠੇ ਸਿਆਣੇ ਦੇਖਦੀ ਸੀ ਕਿਵੇਂ ਉਹਨਾਂ ਤੋਂ ਬੈਠਿਆ ਨਹੀਂ ਸੀ ਜਾਂਦਾ ਲੰਮੇ ਨਹੀਂ ਸੀ ਪਿਆ ਜਾਂਦਾ ਕਿੰਨਾ 42 hours ਕਿੰਨੇ ਹੋ ਜਾਂਦੇ ਆ ਸੋ ਇਹ ਅਨਨੈਸੈਸਰੀ ਆ ਇਹਦੇ ਤੇ ਆਪਾਂ ਇਸ ਏਰੀਆ ਤੇ ਚੇਂਜਸ ਕਰ ਸਕਦੇ ਆ ਥਰੂ ਕਰਨੀਆਂ ਚਾਹੀਦੀਆਂ ਬਿਲਕੁਲ ਬਿਲਕੁਲ ਤੇ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਜ਼ਰੂਰ ਸਾਨੂੰ ਆਪਣੀ ਜੋ MPs ਨੇ ਉਹਨਾਂ ਤੱਕ ਪਹੁੰਚਾਉਣੀਆਂ ਚਾਹੀਦੀਆਂ ਨੇ ਪਰ ਆਪਣੇ ਕੋਲ ਇਹ ਟਾਈਮ ਉਹਨਾਂ ਲਿਮਿਟਡ ਹੀ ਹੈ ਮਿਸ ਵੁਮਨ ਤੇ ਤੁਸੀਂ ਲਾਸਟ ਦੇ ਉੱਤੇ ਕੀ ਕਹਿਣਾ ਚਾਹੁੰਦੇ ਆ ਜਿਹੜੇ ਉੱਥੇ ਫਸ ਗਏ ਹੈਗੇ ਆ ਕੈਨੇਡੀਅਨਸ ਤੇ ਜਾਂ ਜਿਨ੍ਹਾਂ ਨੇ ਇੱਥੇ ਆਉਣਾ ਹੈਗਾ ਜਾਂ ਇੱਥੇ ਆਲਰੇਡੀ ਆ ਚੁੱਕੇ ਨੇ ਉਹਨਾਂ ਲਈ ਮੈਸੇਜ ਐਜ਼ ਅ ਹੈਲਥ ਕੇਅਰ ਪ੍ਰੋਵਾਈਡਰ ਯੂ ਨੋ ਵਾਟ ਐਜ਼ ਅ ਹੈਲਥ ਕੇਅਰ ਪ੍ਰੋਵਾਈਡਰ ਮੈਂ ਇਹ ਕਹੂੰਗੀ ਬਹੁਤ ਔਖਾ ਹੈ ਉੱਥੇ ਰਾਈਟ ਨਾਓ ਬਹੁਤ ਡਿਫਿਕਲਟ ਆ ਨਾ ਬਿਕਾਜ਼ ਉਹ ਉੱਥੇ ਵੀ ਬਿਮਾਰੀ ਵਧੀ ਜਾਂਦੀ ਆ ਇੱਕ ਪ੍ਰੋਬਲਮ ਪਤਾ ਕੀ ਆ ਇੱਥੇ ਮੀਡੀਆ ਚ ਕਹਿ ਰਹੇ ਆ ਜੀ ਦੋਜ਼ ਹੈਲਥ ਕੇਅਰ ਵਰਕ ਦੋਜ਼ ਆਰ ਹੈਲਥ ਪੀਪਲ ਟਰੈਵਲਿੰਗ ਸ਼ੁੱਡ ਹੈਵ ਨੋਨ ਬੈਟਰ ਦੇ ਸ਼ੁੱਡ ਹੈਵ ਕਮ ਵਾਈ ਸ਼ੁੱਡ ਵੀ ਸੈਂਡ ਗਵਰਨਮੈਂਟ ਫਲਾਈਟਸ ਹੈਲੋ ਗਵਰਨਮੈਂਟ ਇਜ਼ਨਟ ਪੇਇੰਗ ਫਾਰ ਆਰ ਫਲਾਈਟਸ ਵੀ ਪੇਡ ਫਾਰ ਆਰ ਫਲਾਈਟਸ ਦੇ ਜਸਟ ਸੈਟ ਅਪ ਦ ਪ੍ਰੋਸੈਸ ਆ ਵਾਂਟ ਟੂ ਕਲੀਅਰਿਫਾਈ ਦੈਟ ਕੋਈ ਨਹੀਂ ਸਾਡਾ ਪੇ ਕਰ ਕਿਸੇ ਨੇ ਨਹੀਂ ਸਾਡਾ ਪੇ ਕੀਤਾ ਅਸੀਂ ਆਪਣੇ ਆਪ ਪੇ ਕਰਕੇ ਲੈ ਕੇ ਆਏ ਹਾਂ ਸਿਰਫ ਉਹਨੀ ਪ੍ਰੋਸੈਸ ਸੈਟਅਪ ਕੀਤਾ ਸੀਗਾ ਦੂਸਰਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਹਿ ਰਹੇ ਆ ਸਾਰੇ ਐਕਚੁਅਲੀ ਵੀ NRI ਬਿਮਾਰੀ ਲੈ ਕੇ ਆਏ ਆ NRI ਦੀ ਪ੍ਰੋਬਲਮ ਆ ਸਾਡੀ ਨਹੀਂ ਸੋ ਉਹਦੇ ਨਾਲ ਰਿਸਕ ਲੋਕੀ ਜਿਹੜੇ ਹੈਗੇ ਕਈਆਂ ਪਿੰਡਾਂ ਦੇ ਵਿੱਚ ਵੱਧ ਰਹੇ ਆ ਬਿਕਾਜ਼ ਉੱਥੇ ਐਂਗਰ ਆ ਰਹੀ ਆ ਉੱਥੇ ਗੁੱਸੇ ਹੋ ਰਹੇ ਆ ਕਿ ਇਹ ਲੋਕੀ ਆਏ ਆ ਇਹਨਾਂ ਨੇ ਸਾਡੀ ਬਿਮਾਰੀ ਲਿਆਂਦੀ ਆ ਹੁਣ ਉੱਥੇ ਵੀ ਤੁਸੀਂ ਬਿਲੀਵ ਨਹੀਂ ਕਰਨਾ ਇੰਡੀਆ ਦੇ ਵਿੱਚ ਆਈ ਐਮ ਸੋ ਇੰਪ੍ਰੈਸਡ ਨੈਵਰ ਮਾਈਂਡ ਕਰਫਿਊ ਨੈਵਰ ਮਾਈਂਡ ਲੋਕਡਾਊਨ ਪਿੰਡਾਂ ਦੇ ਵਿੱਚ ਤੁਹਾਡੇ ਘਰ ਘਰ ਨੌਕ ਕਰਦੇ ਆ ਕੇ ਉਹ ਕਹਿੰਦੇ ਤੁਸੀਂ ਬਾਹਰੋਂ ਆਏ ਆ
ਕਦੋਂ ਆਏ ਆ, ਕਿੰਨੀ ਤਰੀਕ ਤੇ ਆਏ, ਹੁਣ ਉਹ ਕੀ ਕਰਨ ਲੱਗੇ, ਬਿਕਾਜ਼ ਜਿਹੜੇ ਨਾ ਪਹਿਲਾਂ ਆਏ ਸੀ, ਈਵਨ ਦੋ ਉਨੀ ਏਅਰਪੋਰਟ ਤੇ ਕਿਹਾ ਸੀ ਜਿਵੇਂ ਇੱਥੇ ਹੋ ਰਿਹਾ ਕਿ ਸੈਲਫ ਆਈਸੋਲੇਟ ਕਰੋ, ਉਹ ਲੋਕੀ ਸਪੈਸ਼ਲੀ ਜਿਹੜੇ ਇਟਲੀ ਤੋਂ ਆ ਰਹੇ ਸੀ, ਯੂਰਪ ਤੋਂ ਕੋਈ ਆਈਸੋਲੇਟ ਨਹੀਂ ਸੀ ਹੁੰਦਾ, ਇਸ ਕਰਕੇ ਬਿਮਾਰੀ ਵੱਧ ਗਈ, ਹਨਾ। ਸੋ ਹੁਣ ਉਹ ਕੀ ਕਰਦੇ ਆ, ਹੁਣ ਉਹ ਤੁਹਾਡੇ ਡੋਰ ਦੇ ਮੂਹਰੇ, ਘਰ ਦੇ ਮੂਹਰੇ ਸਾਈਨ ਲਗਾ ਜਾਂਦੇ ਆ ਕਿ ਤੁਸੀਂ 2 ਹਫ਼ਤੇ ਬਾਹਰ ਨਹੀਂ ਨਿਕਲ ਸਕਦੇ। ਸੋ ਇਹਦੇ ਨਾਲ ਕੀ, ਜੇ ਹੋਰ ਵੀ ਕੋਈ ਬਾਹਰ ਤੁਰੇ ਫਿਰਦੇ, ਉਹਨੇ ਦੇਖਿਆ ਤੁਹਾਨੂੰ ਬਾਹਰ ਨਿਕਲਦੇ ਨੇ, ਉਹਨੇ ਰਿਪੋਰਟ ਕਰਨਾ, ਹਨਾ। ਸੋ ਇਸ ਕਰਕੇ ਉਹ ਬਹੁਤ ਐਕਸਟਰਾ ਸਟੈਪਸ, ਪਲੱਸ ਉਹ ਤੁਹਾਨੂੰ ਵਾਰ ਵਾਰ ਦੇਖਣ ਆਉਂਦੇ ਆ, ਦੂਜੇ ਦਿਨ ਦੇਖਣ ਆਉਂਦੇ ਆ ਤੁਸੀਂ ਘਰੇ ਹੀ ਆ, ਜਾਂ ਤੁਸੀਂ, ਤੁਹਾਨੂੰ ਪਤਾ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਸੋ ਜੇ ਉਹ ਇੰਡੀਆ 'ਚ ਇੰਨਾ ਕੁਛ ਹੋ ਸਕਦਾ, ਇੱਥੇ ਕਿਉਂ ਨਹੀਂ ਹੋ ਸਕਦਾ, ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ। ਬਿਲਕੁਲ, ਥੈਂਕ ਯੂ ਸੋ ਮੱਚ ਮਿਸ ਕੋਮਲ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈਗੀ ਹੈ ਤੇ ਸਾਨੂੰ ਇੰਨੀ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਹੈਗੀ ਹੈ। ਬਟ ਆਈ ਵਾਂਟ ਟੂ ਸੇ ਯੂ ਕਿ ਸਟੇ ਸੇਫ, ਤੁਸੀਂ 14 ਦਿਨਾਂ ਦਾ ਜੋ ਤੁਹਾਡਾ ਸੈਲਫ ਆਈਸੋਲੇਸ਼ਨ ਪੀਰੀਅਡ ਹੈਗਾ ਆ ਉਹ ਤੁਸੀਂ ਆਪਣਾ ਪੂਰਾ ਕਰੋ ਤੇ ਹੈਲਥੀ ਹੋ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਜਾ ਸਕਦੇ ਆ, ਵਾਕ ਕਰਨ ਜਾ ਸਕਦੇ ਆ। ਤੇ ਥੈਂਕ ਯੂ ਸੋ ਮੱਚ ਵਾਂਸ ਅਗੇਨ। ਵੈਲਕਮ, ਆਈ ਵਾਂਟ ਟੂ ਸੇ ਐਟ ਦੀ ਐਂਡ, ਮੇਰੀ ਤੁਸੀਂ ਈਮੇਲ ਦੇ ਸਕਦੇ ਆ ਲੋਕਾਂ ਨੂੰ, ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ, ਮੇਰਾ ਫੋਨ ਦੇ ਸਕਦੇ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗਾ, ਬਿਕਾਜ਼ ਕਈ ਤੁਸੀਂ ਆਪਣੀ ਈਮੇਲ ਸ਼ੇਅਰ ਕਰ ਸਕਦੇ ਆ। ਹਾਂਜੀ, ਖੈਰੋਲ KAROL ਗੁਮਨ GHUMAN @gmail.com, ਹੈ ਨਾ। ਕੋਈ ਵੀ ਫੈਮਿਲੀ ਮੈਂਬਰ, ਕਿਸੇ ਨੇ ਮੇਰੇ ਨਾਲ ਗੱਲ ਕਰਨੀ ਵੀ ਪ੍ਰੋਸੈਸ ਲਈ ਕਿਵੇਂ ਮੈਂ ਉਹਨਾਂ ਨੂੰ ਸਪੋਰਟ ਕਰ ਸਕਦੀ, ਬਿਕਾਜ਼ ਜਿਹੜੇ ਸਾਡੇ ਰਿਸ਼ਤੇਦਾਰ, ਮੈਂ ਸਾਰਿਆਂ ਨੂੰ ਫੋਨ ਕਰ ਕਰਕੇ ਵਾਪਸ ਕਹਿੰਦੀ ਸੀ ਤੁਸੀਂ ਇੱਦਾਂ ਕਰੋ, ਤੁਸੀਂ ਇੱਦਾਂ ਕਰੋ। ਆਈ ਨੋ ਰਾਈਟ ਨਾਓ ਇੱਕ ਹੋਰ ਮੂਵਮੈਂਟ ਚੱਲ ਰਹੀ ਜਿਹਦੇ ਨਾਲ ਉਹ ਪ੍ਰਾਈਵੇਟਲੀ ਟਰਾਈ ਕਰ ਰਹੇ ਆ ਚਾਰਟਰ ਫਲਾਈਟਸ ਕਰਨ ਨੂੰ, ਜਿਹਦੇ ਨਾਲ ਉਹ ਅੰਮ੍ਰਿਤਸਰ ਤੋਂ ਲੋਕਾਂ ਨੂੰ ਲਿਆਉਣ। ਆਈ ਕਮੈਂਡ ਦਾ, ਆਈ ਥਿੰਕ ਦੈਟ ਐਨੀ ਦੈਟ ਕੈਨ ਸਪੋਰਟ ਈਚ ਅਦਰ। ਦੇਖੋ ਆਪਣੇ ਮਾਂ ਪਿਓ ਆ, ਆਪਣੇ ਭੈਣ ਭਰਾ ਆ, ਮੈਨੂੰ ਪਤਾ ਲੱਗਾ ਹੁਣ ਜਾ ਕੇ ਕਿੰਨਾ ਔਖਾ ਆ ਉਧਰ। ਸੋ ਆਪਾਂ ਇੱਕ ਦੂਜੇ ਦੀ ਸਪੋਰਟ ਕਰੀਏ, ਇੱਕ ਦੂਜੇ ਨੂੰ ਪੁੱਟ ਡਾਊਨ ਨਾ ਕਰੋ। ਜੇ ਤੁਹਾਡਾ ਨੇਬਰ, ਤੁਹਾਨੂੰ ਪਤਾ ਉਹ ਬਾਹਰੋਂ ਆਏ ਆ, ਉਹਨਾਂ ਨੂੰ ਪੁੱਛੋ ਕਿ ਤੁਸੀਂ ਠੀਕ, ਬਾਹਰ ਨਾ ਨਿਕਲੋ, ਅਸੀਂ ਤੁਹਾਡੇ ਲਈ ਕੀ ਆ, ਕੀ ਲੈ ਕੇ ਆਈਏ। ਹੈਲੋ, ਸਾਰੇ ਆਪਾਂ ਇੱਕ ਦੂਜੇ ਦੀ ਹੈਲਪ ਕਰ ਸਕਦੇ ਹਾਂ। ਇਸ ਟਾਈਮ ਤੇ ਆਪਾਂ ਨੂੰ ਇੱਕ ਦੂਜੇ ਨੂੰ ਸਪੋਰਟ ਕਰਨਾ ਚਾਹੀਦਾ, ਸਿਰਫ ਫੋਨ ਨਹੀਂ, ਤੁਸੀਂ ਉਹਦੇ ਹੋਰ ਕੀ ਕਰ ਸਕਦੇ ਆ, ਮੈਂ ਇਹ ਕਹੂੰਗੀ। ਬਿਲਕੁਲ, ਥੈਂਕ ਯੂ, ਥੈਂਕ ਯੂ, ਸਟੇ ਸੇਫ, ਸਟੇ ਹੋਮ, ਐਂਡ ਥੈਂਕ ਯੂ ਫਾਰ ਆਲ ਦੀ ਇਨਫੋਰਮੇਸ਼ਨ। ਥੈਂਕ ਯੂ, ਬਾਏ ਬਾਏ, ਥੈਂਕ ਯੂ ਸੋ ਮਚ, ਥੈਂਕ ਯੂ, ਬਾਏ ਬਾਏ। ਸੋ ਮਿਸ ਕੋਮਲ ਦੇ ਨਾਲ ਗੱਲਬਾਤ ਹੋਈ ਹੈ ਕਿ ਉਹ ਹੁਣੇ ਹੀ 8 ਤਰੀਕ ਨੂੰ, 8 ਅਪ੍ਰੈਲ ਨੂੰ ਇੰਡੀਆ ਤੋਂ, ਪੰਜਾਬ ਤੋਂ ਵਾਪਸ ਆਏ ਨੇ। ਉਹਨਾਂ ਨੂੰ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਭਾਵੇਂ ਗਵਰਨਮੈਂਟ ਉਹਨਾਂ ਦੀ ਗੱਲਾਂ ਸੁਣ ਕੇ, ਜੋ ਵੀ ਆ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਕੇ, ਪਲਾਨ ਕਰ ਰਹੀ ਹੈ ਕਿ ਅਸੀਂ ਹੋਰ ਚਾਰਟਰਡ ਪਲੇਨ ਲੈ ਕੇ ਜਾਈਏ ਜਾਂ ਸਿੱਧੀ ਫਲਾਈਟਾਂ ਟੋਰਾਂਟੋ ਤੱਕ ਜਾਂ ਵੈਨਕੂਵਰ ਤੱਕ ਲੈ ਕੇ ਆਈਏ। ਪਰ ਉਸ ਤੋਂ ਪਹਿਲਾਂ ਜਿਹੜੇ ਲੋਕ ਆ ਰਹੇ ਨੇ ਜੇ ਉਹ ਫਲਾਈਟਸ ਦੇ ਉੱਤੇ, ਜਿਹੜੀਆਂ ਲੰਡਨ ਹੋਲਡ ਕਰਕੇ ਆਉਂਦੀਆਂ ਨੇ, ਟੋਰਾਂਟੋ ਹੋਲਡ ਕਰਕੇ ਆਉਂਦੀਆਂ ਨੇ, ਸੋ ਉਹਨਾਂ ਸਾਰਿਆਂ ਨੂੰ ਚਾਹੀਦਾ ਕਿ ਜੇ ਉਹ ਆਪਣੇ ਘਰ ਆ ਰਹੇ ਨੇ ਤੇ ਉਹ ਆਈਸੋਲੇਸ਼ਨ ਦੇ ਵਿੱਚ ਰਹਿਣ 14 ਦਿਨਾਂ ਦੇ ਲਈ, ਕਿਉਂਕਿ ਗਵਰਨਮੈਂਟ ਨੇ ਫਾਈਨ ਬਹੁਤ ਜ਼ਿਆਦਾ ਕਰ ਦਿੱਤੇ ਨੇ, $7.5 ਲੱਖ ਦਾ ਜਿਹੜਾ ਫਾਈਨ ਕਰ ਦਿੱਤਾ ਗਿਆ ਹੈ ਜੇ ਤੁਸੀਂ ਆਈਸੋਲੇਟ ਨਹੀਂ ਹੁੰਦੇ। ਜੇ ਏਅਰਪੋਰਟ ਤੇ ਤੁਹਾਡੀ ਫੈਮਿਲੀ ਤੁਹਾਨੂੰ ਰਿਸੀਵ ਕਰਨ ਗਈ ਆ ਤਾਂ ਪਲੀਜ਼ ਉਹਨਾਂ ਨੂੰ ਤੁਸੀਂ ਹੱਗ ਨਾ ਕਰੋ, ਉਹਨਾਂ ਦੇ ਕੰਟੈਕਟ ਦੇ ਵਿੱਚ ਨਾ ਆਓ। ਜੇ ਤੁਸੀਂ ਡਰਾਈਵ ਕਰ ਸਕਦੇ ਆ ਤਾਂ ਉਹਨਾਂ ਨੂੰ ਕਹੋ ਕਿ 2 ਗੱਡੀਆਂ ਲੈ ਕੇ ਜਾਣ, 1 ਗੱਡੀ ਤੁਸੀਂ ਖੁਦ ਡਰਾਈਵ ਕਰਕੇ ਆਓ ਤੇ 14 ਦਿਨ ਘਰ ਤੋਂ ਬਾਹਰ ਨਾ ਨਿਕਲੋ, ਬਿਲਕੁਲ ਵੀ ਨਾ ਨਿਕਲੋ। ਇਹੀ ਕਹਿਣਾ ਚਾਹੁੰਦੇ ਆ ਤੇ ਜੇ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਹੈਗੀ ਆ ਉਹ ਲੋਕਾਂ ਦੇ ਨਾਲ ਸਾਂਝੀ ਕਰੋ। ਸਟੇ ਹੋਮ, ਸਟੇ ਸੇਫ, ਤੇ ਇੱਦਾਂ ਹੀ ਦੇਖਦੇ ਰਹੋ ਸਾਂਝਾ ਟੀਵੀ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।